ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਜਿਵੇਂ ਕਿ ਅਗਲਾ ਲੈਕਚਰ ਕੰਟੀਨਿਊ ਕਰਨ ਤੋਂ ਪਹਿਲਾਂ ਜਾਂ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਮਾਸਟਰ ਕਲਾਸਿਸ ਪਟਿਆਲਾ ਬਾਰੇ ਕੁਝ ਦੱਸਣਾ ਚਾਹੁੰਦਾ ਕਿ ਮਾਸਟਰ ਕਲਾਸਿਸ ਪਟਿਆਲਾ ਤੇ ਤੁਸੀਂ ਪੰਜਾਬ ਦੇ ਜਿੰਨੇ ਵੀ ਗਰੁੱਪ ਬੀ ਤੇ ਸਪੈਸ਼ਲੀ PCS ਲੈਵਲ ਦੀ ਤਿਆਰੀ, ਚਾਹੇ ਤੁਹਾਡਾ ਮੀਡੀਅਮ ਇੰਗਲਿਸ਼ ਹੈ ਚਾਹੇ ਪੰਜਾਬੀ ਹੈ, ਬਹੁਤ ਸਾਰੇ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਕਿ ਸਾਨੂੰ ਕੰਟੈਂਟ ਓਰਿਜਿਨਲ ਬਾਈਲਿੰਗੁਅਲ ਨਹੀਂ ਮਿਲ ਪਾਉਂਦਾ, ਕਿਉਂਕਿ ਅਸੀਂ ਬਹੁਤ ਲੈਵਲ ਤੇ ਟਰਾਈ ਕਰਕੇ ਦੇਖੀ ਹੈ ਕਿ ਸਾਨੂੰ ਜਿਹੜਾ ਕੰਟੈਂਟ ਪੰਜਾਬੀ 'ਚ ਮਿਲਦਾ ਉਹਦੇ 'ਚ ਬਹੁਤ ਗਲਤੀਆਂ ਹੁੰਦੀਆਂ। ਤਾਂ ਦੂਜੀ ਗੱਲ ਇਹ ਹੈ ਕਿ ਇੱਕ ਵਾਰੀ ਕੰਟੈਂਟ ਰੱਖਤਾ ਖੜਾ ਕਰਕੇ ਅੱਗੇ ਤੇ ਉਸ ਤੋਂ ਬਾਅਦ ਉਹ ਸਮਝ ਵੀ ਨਹੀਂ ਆਉਂਦਾ। ਤੁਸੀਂ ਸਾਡੇ ਯੂਟਿਊਬ ਤੇ ਜਿੰਨੀਆਂ ਵੀ ਵੀਡੀਓਜ਼ ਦੇਖੋਗੇ ਉਹਦੇ ਮਗਰ ਚੱਲ ਰਹੇ ਕੰਟੈਂਟ ਨੂੰ ਪੜ੍ਹ ਵੀ ਸਕਦੇ ਹੋ। ਈਵਨ ਕਿ ਸਾਡਾ ਟੈਲੀਗ੍ਰਾਮ ਚੈਨਲ ਆ ਮਾਸਟਰ ਕਲਾਸਿਸ ਪਟਿਆਲਾ, 8K ਤੋਂ ਵੱਧ ਸਬਸਕ੍ਰਾਈਬਰਸ ਨੇ ਉਹਦੇ ਤੇ, ਸਾਡੇ ਗੂਗਲ ਡਰਾਈਵ ਦੇ ਲਿੰਕ ਪਏ ਆ ਜਿਨ੍ਹਾਂ 'ਚ ਸਾਡੀਆਂ PDF ਪਈਆਂ ਨੇ। ਜੇ ਅਸੀਂ ਗਰੁੱਪ ਬੀ ਲੈਵਲ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹਾਂ ਉਹਦੇ ਵਾਸਤੇ ਵੀ, ਅਤੇ ਜੇ PCS ਦੀ ਤਿਆਰੀ ਕਰ ਰਹੇ ਹਾਂ ਤਾਂ ਆਂਸਰ ਰਾਈਟਿੰਗ ਦੀਆਂ ਵੀ, ਜਿਹੜੀਆਂ ਕਿ ਪਿਓਰ ਬੜੀ ਸਿੰਪਲ ਭਾਸ਼ਾ 'ਚ ਇੰਗਲਿਸ਼ ਮੀਡੀਅਮ ਅਤੇ ਪੰਜਾਬੀ ਮੀਡੀਅਮ 'ਚ ਤੁਹਾਨੂੰ ਸਮਝ ਵੀ ਆਉਣਗੀਆਂ। ਮਾਸਟਰ ਕਲਾਸਿਸ ਪਟਿਆਲਾ ਦਾ ਜਿਹੜਾ ਟੈਲੀਗ੍ਰਾਮ ਚੈਨਲ ਆ ਇਹ ਉਹਦਾ ਲੋਗੋ ਆ, ਇਸ ਚੈਨਲ 'ਤੇ ਜਾਓ। ਜੇ ਤੁਹਾਡੇ 'ਚੋਂ ਕੋਈ ਸਟੂਡੈਂਟ, ਕੋਈ ਵੀ ਐਸਪੀਰੈਂਟ ਗਰੁੱਪ ਬੀ ਲੈਵਲ ਦੇ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦਾ, ਤਾਂ ਜਦੋਂ ਉਹ ਹੋਮ ਵੀਡੀਓਜ਼ ਪਲੇਲਿਸਟ ਦੇ ਫੋਲਡਰ 'ਚ ਜਾਊਗਾ ਨਾ, ਤਾਂ ਉਹ ਇਸ ਪਲੇਲਿਸਟ ਨੂੰ ਦੇਖੇ, ਟਾਰਗੇਟ ਸੀਨੀਅਰ ਅਸਿਸਟੈਂਟ ਐਟ ਪੰਜਾਬ ਪੁਲਿਸ 2024, ਸਾਰੇ ਗਰੁੱਪ ਬੀ ਦੇ ਪੇਪਰਾਂ ਵਾਸਤੇ ਪਲੇਲਿਸਟ ਆ। ਇਕੱਲੇ ਇਕੱਲੇ ਸਬਜੈਕਟ ਦੀ ਡਿਟੇਲ ਵੀਡੀਓਜ਼, ਪੰਜਾਬ ਹਿਸਟਰੀ ਪੋਲਿਟੀ ਇਕਨੋਮਿਕਸ ਕੰਪਿਊਟਰ ਇੰਗਲਿਸ਼ ਪੰਜਾਬੀ ਅਤੇ ਸਾਰੀਆਂ ਬਾਈਲਿੰਗੁਅਲ, ਅਤੇ ਜੋ ਕੁਛ ਸਕਰੀਨ 'ਤੇ ਮਗਰ ਚੱਲਦਾ ਹੈ, ਜੋ ਵੀ ਕੁਛ ਸਕਰੀਨ 'ਤੇ ਮਗਰ ਚੱਲਦਾ ਹੈ ਸਾਰਾ ਬਾਈਲਿੰਗੁਅਲ। ਜਿਹੜਾ ਬੱਚਾ ਪੰਜਾਬ ਦੇ PCS ਦੀ ਤਿਆਰੀ ਕਰ ਰਿਹਾ ਉਹ ਇਸ IAS PCS ਇੰਗਲਿਸ਼ ਅਤੇ ਪੰਜਾਬੀ ਮਾਧਿਅਮ ਇਹਨੂੰ ਦੇਖੇ, ਇਹਦੇ 'ਚ ਪ੍ਰੀ ਦਾ ਸਿਲੇਬਸ, ਮੇਨਸ ਦਾ ਸਿਲੇਬਸ, ਮੇਨਸ ਦੀ ਆਂਸਰ ਰਾਈਟਿੰਗ ਕਿਵੇਂ ਕਰਨੀ ਚਾਹੀਦੀ ਆ, ਪੰਜਾਬੀ ਮੀਡੀਅਮ 'ਚ ਕੰਟੈਂਟ ਦੇਣ ਵੇਲੇ ਅਕੈਡਮੀਜ਼ ਕੀ ਕਹਿ ਦਿੰਦੀਆਂ ਹੈ ਕਿ ਪੰਜਾਬੀ ਮੀਡੀਅਮ ਤਾਂ ਜੀ ਔਖਾ ਹੁੰਦਾ ਹੈ, ਉਹਦੇ 'ਚ ਬੱਚੇ ਕਲੀਅਰ ਨਹੀਂ ਕਰਦੇ, ਤੁਹਾਡੀਆਂ ਸਾਰੀਆਂ ਮਿੱਥ ਗਲਤ ਸਾਬਤ ਹੋਣਗੀਆਂ ਜਦੋਂ ਤੁਹਾਨੂੰ ਪਤਾ ਲੱਗੂਗਾ ਕਿ ਜਿੰਨਾਂ ਕੋਲ ਕੰਟੈਂਟ ਨਹੀਂ ਉਹਨਾਂ ਨੇ ਕਹਿਣਾ ਹੀ ਇਹ ਹੈ। ਜਦੋਂ ਤੁਸੀਂ ਸਾਡੀਆਂ ਚੰਗੀ ਤਰ੍ਹਾਂ ਡੈਮੋਸ ਤਸੱਲੀ ਚੈੱਕ ਕੀਤੀ, ਸਾਡੇ ਹੋਮ ਪੇਜ 'ਤੇ ਮੈਰਾਥਨਸ ਪਈਆਂ ਇੰਨੀਆਂ ਵਧੀਆ ਕਿ ਗਰੁੱਪ ਸੀ ਲੈਵਲ ਦਾ ਪੇਪਰ ਤਾਂ ਤੁਸੀਂ ਆਹ ਮੈਰਾਥਨਸ ਦੇ ਕੇ ਕੱਢ ਸਕਦੇ ਹੋ, ਤੁਸੀਂ ਨਹੀਂ ਤਾਂ ਆਹ 8-8 ਘੰਟੇ ਦੀਆਂ, 5-5 ਘੰਟੇ ਦੀਆਂ ਮੈਰਾਥਨਸ ਲਾ ਕੇ ਦੇਖੋ, ਯੂਟਿਊਬ ਚੈਨਲ ਦੇ ਹੋਮ ਪੇਜ 'ਤੇ ਪਈਆਂ ਹੋਣਗੀਆਂ। ਇਸ ਤੋਂ ਬਾਅਦ ਤੁਸੀਂ ਸਾਡੀ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ, ਐਂਡਰੋਇਡ ਦਾ ਲਿੰਕ ਆ, ਆਈਫੋਨ ਦਾ। ਜਿਹੜਾ ਤੁਹਾਡੇ 'ਚੋਂ PCS ਬਾਰੇ ਹੋਰ ਚੰਗੀ ਤਰ੍ਹਾਂ ਜਾਣਕਾਰੀ ਲੈਣਾ ਚਾਹੁੰਦਾ ਹੈ, ਪੰਜਾਬੀ ਮੀਡੀਅਮ ਵਾਲਾ ਇੱਥੇ ਜਾਵੇ, ਇੰਗਲਿਸ਼ ਵਾਲਾ ਇੱਥੇ। ਜਿਹੜਾ ਵੀ ਐਸਪੀਰੈਂਟ PCS ਪ੍ਰੀ ਦੀ ਤਿਆਰੀ ਕਰਨਾ ਚਾਹੁੰਦਾ ਹੈ ਉਹ ਇਹਦੇ 'ਚ, ਅਤੇ ਜਿਹੜਾ ਗਰੁੱਪ ਬੀ ਲੈਵਲ ਦੀ ਉਹ ਇਸ ਪੰਜਾਬ ਗੌਰਮੈਂਟ ਜੋਬਸ 'ਚ। ਸੋ ਤੁਹਾਨੂੰ ਜੇ ਤੁਹਾਡੀ ਰਿਕੁਆਇਰਮੈਂਟ ਹੋਊਗੀ ਤਾਂ ਸਾਰੀਆਂ ਬਾਈਲਿੰਗੁਅਲ ਬੁੱਕਸ ਔਨ ਡਿਮਾਂਡ, 10 ਕਿਤਾਬਾਂ ਦਾ ਸੈੱਟ ਅਸੀਂ ਗਰੁੱਪ ਬੀ ਵਾਲਿਆਂ ਨੂੰ ਦਿੰਦੇ ਹਾਂ, 14 ਕਿਤਾਬਾਂ ਦਾ ਸੈੱਟ ਅਸੀਂ PCS ਪ੍ਰੀ ਵਾਲਿਆਂ ਨੂੰ ਦਿੰਦੇ ਹਾਂ, ਅਤੇ ਅਪਰੋਕਸੀਮੇਟਲੀ 18-20 ਕਿਤਾਬਾਂ ਦਾ ਸੈੱਟ ਅਸੀਂ ਮੇਨਸ ਵਾਲਿਆਂ ਨੂੰ ਦਿੰਦੇ ਹਾਂ, ਠੀਕ ਆ, ਉਹ ਵੀ ਸਾਰਾ ਬਾਈਲਿੰਗੁਅਲ। ਸੋ ਮਾਸਟਰ ਕਲਾਸਿਸ ਪਟਿਆਲਾ ਦੀ ਐਪਲੀਕੇਸ਼ਨ 'ਤੇ ਜਦੋਂ ਤੁਸੀਂ ਜਾਓਗੇ ਨਾ, ਤਾਂ ਤੁਹਾਨੂੰ ਸਾਡੇ ਕੋਰਸ ਦੇ ਵਿੱਚ ਟੈਸਟ ਸੀਰੀਜ਼, ਸਾਡੇ ਲਾਈਵ ਕੋਰਸ, ਸਾਡੇ ਕਰੰਟ ਅਫੇਅਰਸ, ਸਾਡੇ ਬਾਈਲਿੰਗੁਅਲ MCQs, ਅਤੇ ਜਿਵੇਂ ਅਸੀਂ ਹਰ ਟੈਸਟ ਜੋ ਸ਼ਡਿਊਲ ਬਣਾਇਆ ਹੋਇਆ ਹੈ ਉਹਦੇ ਮੁਤਾਬਕ ਅਸੀਂ ਦੱਸਿਆ ਹੁੰਦਾ ਕਿ ਆਹ ਟੈਸਟ 19 ਤਰੀਕ ਨੂੰ ਆ, ਜਾਂ ਇਹ ਟੈਸਟ ਤੁਸੀਂ ਐਵੇਂ ਦੇਣਾ ਹੈ, ਫੁੱਲ ਫਲੈਜ ਸਟ੍ਰੈਟਜੀ। ਸੋ ਧੰਨਵਾਦ, ਤੁਸੀਂ ਇਸ ਵੀਡੀਓ ਨੂੰ ਲੈਕਚਰ ਨੂੰ ਲਾਉਣ ਤੋਂ ਪਹਿਲਾਂ ਤੁਸੀਂ ਸਾਨੂੰ ਟਾਈਮ ਦਿੱਤਾ, ਉਹਦੇ ਲਈ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਜਿਵੇਂ ਕਿ ਤੁਹਾਨੂੰ ਇਸ ਚੀਜ਼ ਦਾ ਚੰਗੀ ਤਰ੍ਹਾਂ ਪਤਾ ਹੀ ਹੈ ਕਿ ਆਪਣਾ ਇੱਕ ਆਂਸਰ ਰਾਈਟਿੰਗ ਪ੍ਰੋਗਰਾਮ ਚੱਲ ਰਿਹਾ ਹੈ, ਅਤੇ ਉਸੇ ਆਂਸਰ ਰਾਈਟਿੰਗ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਜਿਹੜਾ ਟੌਪਿਕ ਕਵਰ ਕਰਾਂਗੇ ਬੇਸਿਕਲੀ, ਦੈਟ ਇਜ਼ ਗਵਰਨੈਂਸ।
ਸ਼ਾਸਨ ਕੀ ਹੈ, ਕਿਉਂਕਿ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਐਥਿਕਸ ਵਾਲਾ ਪੋਰਸ਼ਨ ਹੈ ਨਾ, ਬੇਸਿਕਲੀ ਇਸ ਟੌਪਿਕ ਦਾ ਸਹੀ ਨਾਮ ਕੀ ਹੈ, ਐਥਿਕਸ ਇਨ ਗਵਰਨੈਂਸ, ਮਤਲਬ ਕਿ ਤੁਹਾਡੀ ਸ਼ਾਸਨ ਦੌਰਾਨ ਜਾਂ ਤੁਹਾਡੀ ਪ੍ਰਸ਼ਾਸਨ ਦੇ ਵਿੱਚ ਨੈਤਿਕਤਾ ਜਿਹੜੀ ਆ ਉਹਨੂੰ ਲੈ ਕੇ ਪੇਪਰ ਦੇ ਵਿੱਚ ਦੇਖੋ ਇੱਕ ਗੱਲ ਬੜੀ ਕਲੀਅਰ ਹੈ, ਪੰਜਾਬ ਦੇ PCS ਦੇ ਪੇਪਰ 'ਚ ਐਥਿਕਸ ਭਾਵ ਕਿ ਨੈਤਿਕ ਸ਼ਾਸਤਰ ਕਿਸੇ ਇੱਕ ਪਰਟੀਕੂਲਰ ਪੇਪਰ ਦਾ ਹਿੱਸਾ ਨਹੀਂ ਗਾ, ਇਹ ਵੰਡਿਆ ਹੋਇਆ ਹੈ। ਇਹਦਾ ਇੱਕ ਹਿੱਸਾ ਸੁਸਾਇਟੀ ਯਾਨੀ ਕਿ ਸਮਾਜ ਨਾਲ ਸੰਬੰਧਿਤ ਆ, ਪਰਿਵਾਰ ਹੋ ਗਿਆ, ਸਮਾਜ ਹੋ ਗਿਆ, ਉੱਥੇ ਇੱਕ ਇਨਸਾਨ ਦੀ ਜਿਹੜੀ ਨੈਤਿਕਤਾ ਹੈ ਉਹਦੇ ਨਾਲ ਸੰਬੰਧਿਤ ਜਿਹੜੇ ਸਵਾਲ ਆ ਉਹ ਸੁਸਾਇਟੀ ਨਾਲ ਜੋੜਤੇ ਉਹਨਾਂ ਨੇ, ਇਹ GS1 ਪੇਪਰ ਦਾ ਪਾਰਟ ਹੋ ਗਿਆ। ਉਹਨਾਂ ਨੇ ਕੀ ਕੀਤਾ, ਜਿਹੜੇ ਤੁਹਾਡੇ ਇੰਟੀਗ੍ਰਿਟੀ ਹੋ ਗਈ ਜਾਂ ਤੁਹਾਡੀ ਓਨੈਸਟੀ ਹੋ ਗਈ ਪਬਲਿਕ ਐਡਮਿਨਿਸਟ੍ਰੇਸ਼ਨ 'ਚ, ਪ੍ਰਸ਼ਾਸਨ 'ਚ, ਉਹਨੂੰ ਉਹਨਾਂ ਨੇ ਸ਼ਾਸਨ 'ਚ ਜੋੜਤਾ ਗਵਰਨੈਂਸ। ਇੱਕ ਤੀਸਰਾ ਹਿੱਸਾ ਹੋ ਗਿਆ ਤੁਹਾਡਾ ਆਪਣਾ ਡਿਸੀਜਨ ਮੇਕਿੰਗ, ਮਤਲਬ ਕਿ ਤੁਸੀਂ ਕੀ ਫੈਸਲਾ ਲੈਂਦੇ ਹੋ, ਕੇਸ ਸਟੱਡੀ, ਉਹਨੂੰ ਚੱਕ ਕੇ GS4 ਚ ਪਾਤਾ। ਮੀਨਸ ਐਥਿਕਸ ਦਾ ਪੇਪਰ ਖੰਡਾਤਾ ਇਹਨਾਂ ਨੇ। ਕਿਸੇ ਟਾਈਮ ਮੰਨਿਆ ਜਾਂਦਾ ਸੀ ਕਿ ਜਿਹੜਾ ਐਥਿਕਸ ਦਾ ਪੇਪਰ ਆ ਸ਼ਾਇਦ PPSC PCS ਦੇ ਪੇਪਰ ਚ ਸਾਰੇ ਪੋਰਸ਼ਨਸ ਦੇ ਵਿੱਚੋਂ ਐਥਿਕਸ ਕੱਢ ਕੇ ਇੱਕ ਜਗ੍ਹਾ ਤੇ ਇਕੱਠੀ ਕਰਦੇ, ਨੈਤਿਕ ਸ਼ਾਸਤਰ ਨੂੰ ਕੱਢ ਕੇ ਇਕੱਠਾ ਕਰਦੇ, ਪਰ ਨਹੀਂ ਕੀਤਾ। ਐਥਿਕਸ ਹੋ ਗਿਆ, ਗਵਰਨੈਂਸ ਹੋ ਗਿਆ, ਇਹ ਉਹ ਸਬਜੈਕਟ ਨੇ ਜਿਹੜੇ ਮੇਨਸ 'ਚ ਬਹੁਤ ਆਉਂਦੇ ਆ। ਇਹ ਬੱਚਿਆਂ ਨੂੰ ਜਦੋਂ ਕਿ ਮੇਰੇ ਨਾਲ ਗੱਲ ਕਰਦੇ ਆ ਜਿਹੜੇ ਸਪੈਸ਼ਲੀ ਪੰਜਾਬੀ ਮੀਡੀਅਮ ਵਾਲੇ ਆ ਕਿ ਸਰ ਸਾਨੂੰ ਤਾਂ ਜੀ ਪੰਜਾਬੀ ਮੀਡੀਅਮ 'ਚ ਇਹ ਕਿਤੇ ਮਿਲ ਹੀ ਨਹੀਂ ਰਿਹਾ, ਤੋ ਜਿਹੜੇ ਐਕਸਪੀਰੀਅੰਸ ਜਿਵੇਂ ਹੁਣ ਤੁਸੀਂ ਜੁੜੇ ਹੋਏ ਹੋ ਤਾਂ ਤੁਹਾਡੇ ਵਾਸਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਜੇ ਆਪਣੇ ਕੋਲ ਸਾਰਾ ਕੰਟੈਂਟ ਸਾਰਾ ਕਨਸੈਪਟ ਅਵੇਲੇਬਲ ਆ ਤੇ ਫਿਰ ਆਪਾਂ ਕਿਉਂ ਕਿਸੇ ਗੱਲ ਨੂੰ ਕਹਿ ਲੈ ਕੇ ਜਾਂ ਕਾਹਲੀ ਕਰ ਰਹੇ ਹਾਂ ਜਾਂ ਆਪਾਂ ਚੰਗੀ ਤਰ੍ਹਾਂ ਤਿਆਰੀ ਨਹੀਂ ਕਰ ਪਾ ਰਹੇ। ਖੈਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਗਵਰਨੈਂਸ ਦੇ ਸਿਲੇਬਸ 'ਚ ਆਉਣਾ ਕੀ ਹੈ। ਦੇਖੋ ਜਿੱਥੋਂ ਤੱਕ ਗੱਲ ਕਨਸਟੀਟਿਊਸ਼ਨ ਦੀ ਹੈ, ਸੰਵਿਧਾਨ ਦੀ ਹੈ, ਜੋ ਕਨਸਟੀਟਿਊਸ਼ਨ ਨਾਲ ਸੰਬੰਧਿਤ ਟੌਪਿਕ ਉਹ ਤਾਂ ਤੁਹਾਡੇ GS2 ਦੇ ਪਹਿਲੇ ਹਿੱਸੇ 'ਚ ਕਵਰ ਹੋ ਜਾਣੇ ਆ, ਜਿਹਦੇ ਬਾਰੇ ਕਿ ਮੈਂ ਉੱਪਰ ਪੋਲਿਟੀ ਅਤੇ ਕਨਸਟੀਟਿਊਸ਼ਨ ਵਾਲੇ ਟੌਪਿਕ 'ਚ ਦੱਸ ਚੁੱਕਿਆ, ਅਤੇ ਮੈਨੂੰ ਲੱਗਦਾ ਉਹਨੂੰ ਆਪਾਂ ਬੜੀ ਡਿਟੇਲ 'ਚ ਕਵਰ ਕਰ ਲਿਆ। ਹੁਣ ਰਹਿ ਗਿਆ ਗਵਰਨੈਂਸ ਦਾ ਟੌਪਿਕ, ਇਸ ਤੋਂ ਬਾਅਦ ਇੱਕ ਤੀਸਰਾ ਟੌਪਿਕ ਆਉਣਾ ਹੈ ਇੰਟਰਨੈਸ਼ਨਲ ਰਿਲੇਸ਼ਨਸ ਭਾਵ ਅੰਤਰਰਾਸ਼ਟਰੀ ਸੰਬੰਧ, ਫਿਰ ਤਿੰਨ ਟੌਪਿਕ ਮਿਲ ਕੇ GS2 ਬਣਾ ਦਿੰਦੇ ਆ। ਹੁਣ ਦੇਖੋ ਕਨਸਟੀਟਿਊਸ਼ਨ 'ਚ ਕੀ ਦੱਸਿਆ ਸੀ ਕਿ ਫੰਡਾਮੈਂਟਲ ਰਾਈਟਸ, ਸੁਪਰੀਮ ਕੋਰਟ ਹੋ ਗਿਆ, ਤੁਹਾਡੇ ਸੰਵਿਧਾਨਕ ਸੋਧਾਂ ਹੋ ਗਈਆਂ, ਕਨਸਟੀਟਿਊਸ਼ਨਲ ਅਮੈਂਡਮੈਂਟਸ ਹੋ ਗਈਆਂ, ਇਹਨਾਂ ਨਾਲ ਸੰਬੰਧਿਤ ਸਵਾਲ। ਹੁਣ ਜੇ ਕੋਈ ਮੈਨੂੰ ਪੁੱਛੇ ਕਿ ਗਵਰਨੈਂਸ ਨਾਲ ਸੰਬੰਧਿਤ ਪੇਪਰ 'ਚ ਕੀ ਆ ਸਕਦਾ ਹੈ, ਪਹਿਲੀ ਗੱਲ ਤੁਹਾਨੂੰ ਮੇਨਸ ਦੇ ਪੇਪਰ ਮੈਂ ਪ੍ਰੋਵਾਈਡ ਕਰਾਏ ਹੋਏ ਆ, ਸਭ ਤੋਂ ਪਹਿਲਾਂ ਤਾਂ ਤੁਸੀਂ ਮੇਨਸ ਦੇ ਪੇਪਰ 'ਚ ਜਾ ਕੇ ਦੇਖਿਓ ਗਵਰਨੈਂਸ ਨਾਲ ਸੰਬੰਧਿਤ ਵਧੀਆ ਵਧੀਆ ਸਵਾਲ ਆਏ ਹੋਏ ਆ। ਮੀਨਸ ਕਿ ਉਹਨਾਂ ਨੇ ਪੁੱਛਿਆ ਹੋਇਆ ਹੈ ਕਿ ਪਾਰਦਰਸ਼ਤਾ ਤੇ ਜਵਾਬਦੇਹੀ, ਮਤਲਬ ਟ੍ਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ, ਇਹਦੇ ਤੇ ਮੈਂ ਸਮਝਦਾ 2018 'ਚ ਸਵਾਲ ਆਇਆ ਸੀ ਇਸੇ ਤਰੀਕੇ ਨਾਲ, ਠੀਕ ਹੈ। ਦਿਆਨਤਦਾਰੀ, ਪ੍ਰੋਬਿਟੀ ਇੱਕ ਬਹੁਤ ਇੰਪੋਰਟੈਂਟ ਟਰਮ ਹੁੰਦੀ ਆ ਐਥਿਕਸ ਦੀ, ਨੈਤਿਕ ਸ਼ਾਸਤਰ ਦੀ, ਉਹਦੇ ਤੇ 2020 'ਚ, ਤੇ ਹੋਰ ਵੀ ਦੋ ਦੋ ਤਿੰਨ ਸਵਾਲ ਜਿਹੜੇ ਆ ਉਹ ਗਵਰਨੈਂਸ ਦੇ ਵਿੱਚੋਂ ਐਥਿਕਸ ਵਾਲੇ ਐਂਗਲ 'ਚੋਂ ਆਏ ਹੋਏ ਆ, 13 'ਚ ਵੀ ਆਏ ਆ, 15 'ਚ ਵੀ ਆਏ ਆ, ਤੁਹਾਡੇ ਕੋਲ ਪੇਪਰ ਹੈਗੇ, ਤੁਸੀਂ ਉਸ ਕੁਐਸਚਨ ਪੇਪਰ ਨੂੰ ਦੇਖ ਸਕਦੇ ਹੋ। ਤੁਹਾਡੇ ਕੋਲ ਜਿਹੜਾ ਮੈਂ ਤੁਹਾਨੂੰ ਸਪੈਸ਼ਲੀ ਲਿੰਕ ਪ੍ਰੋਵਾਈਡ ਕੀਤਾ ਉਹਦੇ 'ਚ ਪ੍ਰੀਵੀਅਸ ਈਅਰ ਬੁੱਕਸ ਦਾ ਇੱਕ ਲਿੰਕ ਆ, ਉਹਦੇ 'ਚ ਪ੍ਰੀਵੀਅਸ ਈਅਰ ਕੁਐਸਚਨਸ ਦਾ ਲਿੰਕ ਆ, 13 15 ਤੇ 18 ਤੇ 20 ਮੇਨਸ ਦੇ ਜਿਹੜੇ ਚਾਰੇ ਪੇਪਰ ਆਏ ਆ ਤੁਹਾਡੇ ਕੋਲ ਸਵਾਲ ਹੈਗੇ ਆ। ਖੈਰ ਤੁਸੀਂ ਇਹ ਸਮਝੋ ਮੈਂ ਸਿਲੇਬਸ ਵੀ ਤੁਹਾਡੇ ਨਾਲ ਡਿਸਕਸ ਕਰੂੰਗਾ ਸਾਰਾ, ਠੀਕ ਹੈ, ਪਰ ਪਹਿਲਾਂ ਮੈਂ ਇਹ ਸ਼ੋਰ ਕਰਦਾ ਕਿ ਆਪਾਂ ਅੱਜ ਸਵਾਲ ਕਰਨਾ ਕਿਹੜਾ ਹੈ, ਬਹੁਤ ਇੰਪੋਰਟੈਂਟ ਦੋ ਸਵਾਲ ਆਪਾਂ ਸੋਲਵ ਕਰਨੇ ਆ।
ਪਹਿਲਾਂ ਅਸੀਂ ਉਸ ਸਵਾਲ ਨੂੰ ਅੰਗਰੇਜ਼ੀ 'ਚ ਪੜ੍ਹਦੇ ਹਾਂ। ਕਹਿੰਦਾ ਹਾਊ ਇਜ਼ ਇੰਟੀਗ੍ਰਿਟੀ ਡਿਫਰੈਂਟ ਫਰੋਮ ਓਨੈਸਟੀ, ਹਾਈਲਾਈਟ ਇਟਸ ਯੂਟੀਲਿਟੀ ਇਨ ਗਵਰਨੈਂਸ। 10 ਨੰਬਰ ਦਾ ਸਵਾਲ ਆ ਤੇ 250 ਸ਼ਬਦਾਂ 'ਚ ਲਿਖਣਾ। ਲਗਾਤਾਰ ਮੈਂ ਪਿਛਲੇ ਕਈ ਦਿਨਾਂ ਤੋਂ ਆਂਸਰ ਰਾਈਟਿੰਗ ਪ੍ਰੋਗਰਾਮ ਛੇੜਿਆ ਹੋਇਆ ਤਾਂ ਕਿ PCS ਦੇ ਮੇਨਸ ਦੀ ਆਂਸਰ ਰਾਈਟਿੰਗ, ਚਾਹੇ ਉਹ ਇੰਗਲਿਸ਼ ਮੀਡੀਅਮ 'ਚ ਆ, ਦੇਖੋ ਮੈਂ ਡਿਸਕਸ ਵੀ ਕਰੂੰਗਾ। ਪਹਿਲਾਂ ਮੈਂ ਤੁਹਾਨੂੰ ਆ ਦੇਖੋ ਪੂਰੇ ਦਾ ਪੂਰਾ ਕਿ ਇੰਟੀਗ੍ਰੇਟਿਵ ਵਗੈਰਾ ਨਾਲ ਕਿਵੇਂ 250 ਵਰਡ 'ਚ ਇੱਕ ਆਂਸਰ ਸੋਹਣਾ ਲਿਖ ਲਈਦਾ, ਠੀਕ ਆ। ਤੇ ਬਿਲਕੁਲ ਇਹ ਨਹੀਂ ਕਿ ਇਹ ਕੋਈ ਬੁਕਿਸ਼ ਆਂਸਰ ਨਾ ਹੋਵੇ, ਠੀਕ ਆ, ਤਾਂ ਕਿ ਤੁਹਾਨੂੰ ਲੱਗੇ ਕਿ ਬਈ ਕਲੈਰਿਟੀ ਕੀ ਹੈ। ਪੰਜਾਬੀ 'ਚ ਆ ਜਾਓ, ਇਮਾਨਦਾਰੀ ਤੋਂ ਸੱਚੀ ਨਿਸ਼ਠਾ ਕਿਵੇਂ ਵੱਖਰੀ ਹੈ। ਸ਼ਾਸਨ ਵਿੱਚ ਖਰਿਆਈ ਜਾਂ ਸੱਚੀ ਨਿਸ਼ਠਾ, ਉਪਯੋਗਤਾ ਦੀ ਉਪਯੋਗਤਾ ਨੂੰ, ਸੱਚੀ ਨਿਸ਼ਠਾ ਦੀ ਉਪਯੋਗਤਾ ਨੂੰ ਉਜਾਗਰ ਕਰੋ। ਮੇਨ ਕਨਸੈਪਟ ਇਹ ਆ ਕਿ ਸਭ ਤੋਂ ਪਹਿਲੀ ਗੱਲ ਇਹ ਆ ਕਿ ਸਾਨੂੰ ਪਹਿਲੀ ਜ਼ਿਆਦਾ ਕਨਫਿਊਜ਼ ਨਾ ਕਰਦੇ ਹੋਏ, ਇੱਕ ਪਾਸੇ ਤੁਸੀਂ ਹੈਗੇ ਹੋ ਓਨੈਸਟ, ਇੱਕ ਪਾਸੇ ਤੁਹਾਡੀ ਇੰਟੀਗ੍ਰਿਟੀ, ਆਹ ਦੋ ਚੀਜ਼ਾਂ ਹੈ, ਤੁਹਾਡੀ ਸੱਚੀ ਨਿਸ਼ਠਾ ਅਤੇ ਤੁਹਾਡੀ ਇਮਾਨਦਾਰੀ। ਹੁਣ ਬੜਾ ਇੰਪੋਰਟੈਂਟ ਗੱਲ ਆ ਕਿ ਕੋਈ ਤੁਹਾਨੂੰ ਪੁੱਛ ਰਿਹਾ ਹੈ ਕਿ ਬਈ ਸੱਚੀ ਨਿਸ਼ਠਾ ਅਤੇ ਇਮਾਨਦਾਰੀ 'ਚ ਫਰਕ ਦੱਸੋ, ਠੀਕ ਆ। ਖੈਰ ਇਹ ਤਾਂ ਬਹੁਤ ਵੱਡਾ ਮਸਲਾ ਹੋ ਗਿਆ ਕਿ ਆਖਰ ਅਸੀਂ ਇਸ ਸਵਾਲ 'ਤੇ ਜਵਾਬ ਕਿਵੇਂ ਲਿਖਾਂਗੇ। ਆਹ ਦੇਖੋ ਪਹਿਲੀ ਗੱਲ ਇਹ ਆ ਕਿ ਬੜੇ ਵਧੀਆ ਤਰੀਕੇ ਨਾਲ ਮੈਂ ਦੱਸਿਆ ਕਿ ਇਮਾਨਦਾਰੀ ਅਤੇ ਸੱਚੀ ਨਿਸ਼ਠਾ ਕਿਵੇਂ ਇੱਕ ਦੂਜੇ 'ਤੇ ਅੱਡ। ਫਿਰ ਮੈਂ ਇੱਕ ਉਦਾਹਰਣ ਲਈ, ਫਿਰ ਉਸ ਤੋਂ ਬਾਅਦ ਦੱਸਿਆ ਕਿ ਸ਼ਾਸਨ 'ਚ ਇਹਦੀ ਉਪਯੋਗਤਾ ਬਾਰੇ ਗੱਲਾਂ ਕੀਤੀਆਂ। ਅਤੇ ਬੜੀ ਸਧਾਰਨ ਜਿਹੀ ਗੱਲ ਆ ਕਿ ਕਿਵੇਂ ਸਿੰਪਲ ਜਿਹੇ ਤਰੀਕੇ ਨਾਲ, ਅਤੇ ਲਾਸਟ 'ਚ ਜਿਵੇਂ ਹਮੇਸ਼ਾ ਆਪਾਂ ਕਰਦੇ ਹਾਂ ਉਹਨੂੰ ਕੰਕਲੂਡ ਕਰਤਾ, ਤਾਂ ਗਿਣ ਕੇ ਦੇਖਿਓ ਇਹ 250-350 ਵਰਡ ਬਣਨਗੇ। ਸੋ ਕਿਵੇਂ ਇੱਕ ਬੜਾ ਸਾਫ਼ ਸੁਥਰਾ ਆਂਸਰ ਸਾਨੂੰ ਲਿਖਣਾ ਚਾਹੀਦਾ ਹੈ ਜਾਂ ਕਿਸ ਤਰੀਕੇ ਨਾਲ ਅਸੀਂ ਲਿਖ ਸਕਦੇ ਹਾਂ, ਖੈਰ ਇਹ ਵੀ ਮੈਂ ਅੱਜ ਡਿਸਕਸ ਕਰੂੰਗਾ। ਅਤੇ ਮੈਂ ਇਕੱਲਾ ਇਹ ਨਹੀਂ, ਇਸ ਤੋਂ ਬਿਨਾਂ ਜਿਹੜਾ ਦੂਸਰਾ ਆਂਸਰ ਆ ਪੀ ਆਪਣਾ ਗਵਰਨੈਂਸ ਨਾਲ ਰਿਲੇਟਡ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਹੀ ਦੇਵਾਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਅੱਜ ਮੈਂ ਕਿਹੜੇ ਦੋ ਆਂਸਰ ਡਿਸਕਸ ਕਰਨ ਜਾ ਰਿਹਾ। ਦ ਰੀਸੈਂਟ ਜਜਮੈਂਟ ਆਫ ਸੁਪਰੀਮ ਕੋਰਟ ਦੈਟ ਬ੍ਰਿੰਗਸ ਦੀ ਆਫਿਸ ਆਫ ਚੀਫ ਜਸਟਿਸ ਆਫ ਇੰਡੀਆ ਅੰਡਰ ਦੀ ਐਂਬਿਟ ਆਫ ਰਾਈਟ ਟੂ ਇਨਫੋਰਮੇਸ਼ਨ ਐਕਟ ਵਿਲ ਗਿਵ ਫਿਲਿਪ ਟੂ ਦੀ ਪੀਪਲਸ ਕੁਐਸਟ ਫੋਰ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ। ਭਾਵ ਮਤਲਬ ਇਹ ਆ ਕਿ ਸੁਪਰੀਮ ਕੋਰਟ ਦਾ ਹੁਣੇ ਹੁਣੇ ਜਿਹੜਾ ਫੈਸਲਾ ਹੈ, ਜਿਹਦੇ ਕਰਕੇ ਚੀਫ ਜਸਟਿਸ, ਮੁੱਖ ਨਿਆਂਧੀਸ਼, ਜਿਹੜੇ ਮੁੱਖ ਜੱਜ ਦਾ ਦਫ਼ਤਰ ਆ, ਉਹਦਾ RTI ਦੇ ਦਾਇਰੇ 'ਚ ਆਉਣਾ, ਕਿ ਵਾਕਈ ਤੁਹਾਨੂੰ ਲੱਗਦਾ ਹੈ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਜਿਹੜੀ ਆ ਉਹ ਲੈ ਕੇ ਆਊਗਾ, ਇਹਦੇ 'ਤੇ ਟਿੱਪਣੀ ਕਰੋ। ਮੀਨਸ ਇੰਗਲਿਸ਼ ਦੇ ਵਿੱਚ ਆਪਾਂ ਇੱਕ ਆਂਸਰ ਲਿਖਿਆ ਕਿ ਸੁਪਰੀਮ ਕੋਰਟ ਦੇ ਹਾਲ ਹੀ ਦੇ ਫੈਸਲੇ ਜੋ ਕਿ ਭਾਰਤ ਦੇ ਮੁੱਖ ਜਸਟਿਸ ਦੇ ਦਫ਼ਤਰ ਨੂੰ ਸੂਚਨਾ ਦੇ ਅਧਿਕਾਰ ਦੇ ਦਾਇਰੇ ਵਿੱਚ ਲਿਆਉਂਦਾ ਹੈ, ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਲੋਕਾਂ ਦੀ ਖੋਜ ਨੂੰ ਹੁਲਾਰਾ ਦੇਵੇਗਾ। ਸੋ ਹੁਣ ਆਪਾਂ ਇਹਦੇ 'ਤੇ ਟਿੱਪਣੀ ਕਰਨੀ ਆ। ਸੋ ਕਹਾਣੀ ਸੇਮ ਉਹੀ ਆ ਕਿ ਇਹ ਦੋ ਕੁਸ਼ਚਨ, ਹੁਣ ਦੇਖੋ ਇੱਕ ਗੱਲ ਬੜੀ ਕਲੀਅਰ ਆ, ਇੱਕ ਸਵਾਲ ਮੈਂ RTI 'ਤੇ ਪੁੱਛਿਆ, ਰਾਈਟ ਟੂ ਇਨਫੋਰਮੇਸ਼ਨ ਐਕਟ 'ਤੇ, ਅਤੇ ਇੱਕ ਸਵਾਲ ਮੈਂ ਪੁੱਛਿਆ ਤੁਹਾਨੂੰ ਇੰਟੀਗ੍ਰਿਟੀ ਓਨੈਸਟੀ 'ਤੇ। ਆਹ ਦੇਖੋ ਕੀ ਵਾਕਈ ਇਹ ਚੀਜ਼ਾਂ ਪੇਪਰ 'ਚ ਆਉਣਗੀਆਂ, ਤੁਸੀਂ ਗੌਰ ਕਰਿਓ। ਕਹਿੰਦਾ ਸ਼ਾਸਨ ਕਰਦੇ ਹੋਏ ਤੁਹਾਡੇ ਮੁੱਲ ਵੈਲਿਊਜ਼, ਨੋਰਮਲ ਪੰਜਾਬੀ, ਅਤੇ ਤੁਹਾਡੀ ਨੈਤਿਕਤਾ, ਜਿੰਨੇ ਵੀ ਤੁਹਾਡੇ ਨੈਤਿਕ ਮਸਲੇ ਨੇ, ਅਤੇ ਜਿੰਨੀਆਂ ਵੀ ਦੋ ਚਿੱਤੀਆਂ ਨੇ ਜਦੋਂ ਤੁਸੀਂ ਕਿਸੇ ਵੀ ਸਰਕਾਰੀ, ਪ੍ਰਾਈਵੇਟ, ਕਿਸੇ ਕਾਰਪੋਰੇਟ ਅਦਾਰੇ 'ਚ ਕੰਮ ਕਰਦੇ ਹੋ, ਤਾਂ ਉੱਥੇ ਤੁਹਾਡੇ ਡਾਇਲਮਾਸ, ਤੁਹਾਡੀਆਂ ਦੋ ਚਿੱਤੀਆਂ, ਉੱਥੋਂ ਦੇ ਕਾਨੂੰਨ, ਨਿਯਮ, ਠੀਕ ਆ, ਅਤੇ ਜਿੰਨੇ ਵੀ ਅਕਾਊਂਟੇਬਿਲਿਟੀ, ਗਵਰਨੈਂਸ, ਸਭ ਕੁਛ ਕਵਰ ਹੁੰਦਾ ਇਹਦੇ 'ਚ। ਫਿਰ ਪ੍ਰੋਬਿਟੀ, ਦਿਆਨਤਦਾਰੀ, ਬਹੁਤ ਇੰਪੋਰਟੈਂਟ ਟੋਪਿਕ ਹੁੰਦਾ ਹੈ ਗਵਰਨੈਂਸ ਦਾ ਸੈਸ਼ਨ ਕੀ ਆ, ਇਨਫੋਰਮੇਸ਼ਨ, ਰਾਈਟ ਟੂ ਇਨਫੋਰਮੇਸ਼ਨ ਐਕਟ, ਗੌਰ ਕਰਿਓ। ਸਰਕਾਰੀ ਮਹਿਕਮਿਆਂ ਦੇ ਵਿੱਚ ਟਰਾਂਸਪੇਰੈਂਸੀ, ਰਾਈਟ ਟੂ ਇਨਫੋਰਮੇਸ਼ਨ ਐਕਟ, ਕੋਡ ਆਫ ਐਥਿਕਸ, ਕੋਡ ਆਫ ਕੰਡਕਟ, ਸਿਟੀਜ਼ਨਸ ਚਾਰਟਰ, ਸਭ ਕੁਛ। ਮੀਨਸ ਕਿ ਤੁਸੀਂ ਇੱਕ ਗੱਲ ਸਮਝੋ,
ਹਰ ਇੱਕ ਉਹ ਚੀਜ਼ ਜਿਹੜੀ ਸ਼ਾਸਨ ਨੂੰ ਸੁਖਾਲਾ। ਹੁਣ ਦੇਖੋ ਇਹ ਤੁਸੀਂ ਪੰਜਾਬ ਸਰਕਾਰ ਦੀ ਇੱਕ ਸਕੀਮ ਆ, ਆਪ ਸਰਕਾਰ ਆਪ ਦੇ ਦੁਆਰ, ਇਹਦਾ ਕੀ ਮਤਲਬ ਆ? ਉਹ ਆਪਣੇ ਸ਼ਾਸਨ ਬਾਰੇ ਦੱਸਣਾ ਚਾਹ ਰਹੇ ਆ। ਚੰਗਾ ਮਾੜਾ ਤਾਂ ਤੁਸੀਂ ਲੋਕ ਤੈਅ ਕਰਨਗੇ, ਤੁਸੀਂ ਜਾਂ ਮੈਂ ਤਾਂ ਕੌਣ ਹੁੰਦੇ ਆ, ਆਮ ਪ੍ਰਜਾ ਆਮ ਲੋਕ ਤੈਅ ਕਰਨਗੇ। ਪਰ ਗੱਲ ਇਹ ਆ, ਉਹ ਜਿਹੜਾ ਸਰਕਾਰ ਕੁਛ ਕਰ ਰਹੀ ਆ ਉਹ ਆਪਣੇ ਸ਼ਾਸਨ ਨੂੰ ਸਮੂਥ ਕਰਨ ਵਾਸਤੇ ਕਹਿ ਰਹੇ ਆ ਕਿ ਸਰਕਾਰ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਅਵੇਅਰ ਕਰਾਓ। ਇਟ ਮੀਨਸ ਸਰਕਾਰ ਗਵਰਨੈਂਸ ਤੇ, ਸੁਸ਼ਾਸਨ ਤੇ, ਚੰਗੇ ਪ੍ਰਸ਼ਾਸਨ ਤੇ ਧਿਆਨ ਦੇ ਰਹੀ ਹੈ। ਸੋ ਬੇਸਿਕਲੀ ਐਥਿਕਸ ਦਾ ਮਤਲਬ ਹੀ ਇਹ ਹੈ ਕਿ ਇੱਕ ਅਫਸਰ ਜਦੋਂ ਅਫਸਰ ਬਣੇ ਤਾਂ ਉਹਦੇ 'ਚ ਇੰਨੀ ਕੁ ਨੈਤਿਕਤਾ ਹੋਵੇ, ਉਹਦੇ ਐਥਿਕਸ ਇੰਨੇ ਸਟਰੋਂਗ ਹੋਣ ਕਿ ਉਹ ਗਵਰਨੈਂਸ ਨੂੰ ਨਿਖਾਰ ਸਕੇ, ਸ਼ਾਸਨ ਨੂੰ ਨਿਖਾਰ ਸਕੇ। ਖੈਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਨਸੈਪਟ ਜਿਹੜਾ ਹੈ ਸਮਝ ਆ ਗਿਆ ਹੋਊਗਾ। ਸੋ ਜ਼ਿਆਦਾ ਸਮਾਂ ਖਰਾਬ ਨਾ ਕਰੇ ਬਿਨਾ ਆਪਾਂ ਸਭ ਤੋਂ ਪਹਿਲਾਂ ਇੰਟੀਗ੍ਰਿਟੀ ਤੇ ਓਨੈਸਟੀ ਵਾਲਾ ਜਿਹੜਾ ਸਵਾਲ ਆ, ਜਿਹੜਾ ਕਿ ਸਾਡੇ ਵਾਸਤੇ ਇੱਕ ਸਮੱਸਿਆ ਵੀ ਹੋ ਸਕਦੀ ਹੈ, ਸੋ ਪਹਿਲਾਂ ਆਪਾਂ ਇਹਨੂੰ ਹੱਲ ਕਰਦੇ ਹਾਂ ਕਿ ਬੇਸਿਕਲੀ ਦੇਖੋ ਹੁਣ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇੰਟੀਗ੍ਰਿਟੀ ਕੀ ਚੀਜ਼ ਆ ਤੇ ਓਨੈਸਟੀ ਕੀ ਚੀਜ਼ ਆ। ਦੇਖੋ ਤੁਸੀਂ ਆਪਣੇ ਆਪ ਪ੍ਰਤੀ ਇਮਾਨਦਾਰ ਹੋ ਸਕਦੇ ਹੋ, ਪਰ ਜੇ ਤੁਸੀਂ ਇਮਾਨਦਾਰ ਹੋ ਤਾਂ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਤੁਹਾਡੀ ਆਪਣੇ ਆਪ ਪ੍ਰਤੀ ਸੱਚੀ ਨਿਸ਼ਠਾ ਹੋਵੇ। ਬੜੀ ਕਲੀਅਰ ਗੱਲ ਆ। ਜੇ ਤੁਹਾਡੇ ਵਿੱਚ ਇੱਕ ਸੱਚੀ ਨਿਸ਼ਠਾ ਹੈ ਤਾਂ ਇਹ ਗੱਲ ਸ਼ਿਓਰ ਆ ਕਿ ਤੁਸੀਂ ਇਮਾਨਦਾਰ ਹੋਵੋਗੇ ਹੀ ਹੋਵੋਗੇ। ਇਹ ਕੀ ਮਤਲਬ ਬਣਿਆ? ਬੜੀ ਸਿੰਪਲ ਜੀ ਗੱਲ ਆ। ਸਪੋਜ਼ ਕਰੋ ਇੱਕ ਬੱਚਾ, ਇੱਕ ਆਫੀਸਰ ਇਹ ਕਵੇ, ਜਾਂ ਇੱਕ ਮੁਲਾਜ਼ਮ ਤਬਕੇ ਦਾ ਬੰਦਾ ਇਹ ਕਵੇ, ਇੱਕ ਮੁਲਾਜ਼ਮ ਇਹ ਕਵੇ ਕਿ ਮੈਂ ਹੁਣ ਤੱਕ ਦਫ਼ਤਰ ਗਿਆ, ਮੈਂ ਕਦੇ ਕਰਪਸ਼ਨ ਨਹੀਂ ਕੀਤੀ, ਠੀਕ ਹੈ, ਮੈਂ ਕਦੇ ਪੈਸਾ ਲੈ ਕੇ ਨਹੀਂ ਦੇਖਿਆ। ਉਹ ਇਮਾਨਦਾਰ ਹੋ ਸਕਦਾ ਹੈ, ਪਰ ਉਹ ਕਵੇ ਕਿ ਮੈਂ ਕਦੇ ਪੈਸਾ ਲੈ ਕੇ ਨਹੀਂ ਦੇਖਿਆ, ਇਸ ਕਰਕੇ ਮੈਂ ਮੇਰੇ ਕੋਲ ਇੱਕ ਬੰਦਾ, ਮੀਨਸ ਕਿ ਦਫ਼ਤਰ ਬੰਦ ਹੋਣ ਤੋਂ 5 ਵਜੇ ਦਫ਼ਤਰ ਬੰਦ ਹੋਣਾ, ਉਹ 4 ਵਜੇ ਮੇਰੇ ਕੋਲ ਆ ਗਿਆ, ਠੀਕ ਹੈ, ਕਾਇਦੇ ਦੇ ਮੁਤਾਬਕ ਉਹਨੂੰ ਮੈਂ 4 ਵਜੇ ਜਵਾਬ ਦੇ ਸਕਦਾ ਕਿ ਤੂੰ 4 ਵਜੇ ਤੋਂ ਬਾਅਦ ਆਇਆ। ਪਰ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਇੱਕ ਅਧਿਕਾਰ ਹੈਗਾ ਹੈ ਕਿ ਜੇ ਉਹ 4 ਵਜੇ ਤੋਂ ਬਾਅਦ ਤੁਹਾਡੇ ਕੋਲ ਕੋਈ ਕੰਮ ਕਰਨ ਆਉਣ ਆਇਆ ਹੈ, ਤੁਸੀਂ ਕਰ ਸਕਦੇ ਹੋ। ਕਾਨੂੰਨੀ ਤੌਰ ਤੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਤੁਸੀਂ ਕੰਮ ਕਰ ਸਕਦੇ ਹੋ, ਉਹਦੇ 'ਚ ਕੋਈ ਦੋ ਰਾਏ ਨਹੀਂ। ਤਾਂ ਤੁਸੀਂ ਉਸ ਬੰਦੇ ਦਾ ਕੰਮ ਆਪ ਕਰਵਾਤਾ, ਕਿਉਂਕਿ 4 ਵਜੇ ਤੋਂ ਬਾਅਦ ਸਰਕਾਰ ਨੇ ਤੁਹਾਨੂੰ ਇੱਕ ਵਰਬਲ ਆਦੇਸ਼, ਮੌਖਿਕ ਆਦੇਸ਼ ਦਿੱਤਾ ਹੋਇਆ ਕਿ ਤੁਸੀਂ ਲੋਕਾਂ ਨਾਲ ਪਬਲਿਕ ਡੀਲਿੰਗ ਨਾ ਕਰੋ, ਕੋਈ ਚੱਕਰ ਨਹੀਂ, ਕਿਉਂਕਿ ਤੁਸੀਂ 5 ਵਜੇ ਤੱਕ ਆਪਣੀ ਪੈਕਿੰਗ ਕਰੋ। ਪਰ ਉਹ ਬੰਦੇ ਨੂੰ ਪਤਾ ਹੈ ਕਿ ਕੋਈ ਵੀ ਇਹੋ ਜਿਹਾ ਸਰਕਾਰੀ ਡਾਕੂਮੈਂਟ ਨਹੀਂ ਹੈਗਾ ਜਿਹੜਾ 4 ਵਜੇ ਤੋਂ ਬਾਅਦ ਮੈਨੂੰ 5 ਵਜੇ ਤੱਕ ਕੰਮ ਕਰਨ ਤੋਂ ਰੋਕਦਾ ਹੈ। 5 ਵਜੇ ਤੱਕ ਮੈਂ ਐਂਟਰੀਜ਼ ਕਰ ਸਕਦਾ, ਜੇ ਕੋਈ 4:30 ਵਜੇ ਕੋਈ 3-8 ਬੰਦਾ ਆ ਕੇ ਮੇਰੇ ਤੋਂ ਕੰਮ ਕਰਾਉਣ ਆ ਜਾਏ, ਉਹਦਾ ਵੀ ਸਾਨੂੰ ਕਰਨਾ ਪੈਂਦਾ। ਉੱਪਰੋਂ ਫੋਨ ਆ ਜਾਂਦਾ ਹੈ ਕਿ ਆਹ ਬੰਦੇ ਦਾ ਇਸ ਦਫ਼ਤਰ 'ਚ ਕੰਮ ਆ, ਸਾਈਨ ਕਰਕੇ ਜਾਇਓ ਜਾਂ ਇਹਦੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਜਾਇਓ। ਸੋ ਤੁਸੀਂ ਇੱਕ ਗਰੀਬ ਜੇ ਬੰਦੇ ਨੂੰ, ਇੱਕ ਮਜਲੂਮ ਜੇ ਬੰਦੇ ਦਾ ਕੰਮ 4:15 ਵਜੇ ਕਰਤਾ, ਜਾਂ ਤੁਸੀਂ ਜੇ ਨਹੀਂ ਕੀਤਾ, ਤੁਸੀਂ ਆਪਣੇ ਆਪ 'ਚ ਇਮਾਨਦਾਰ ਤਾਂ ਹੈਗੇ ਹੋ ਕਿ ਬਈ ਮੈਂ 4 ਵਜੇ ਤੋਂ ਬਾਅਦ ਕੋਈ ਵੀ ਨਹੀਂ ਕਰਦਾ, ਮੈਂ ਵੀ ਨਹੀਂ ਕਰਨਾ। ਪਰ ਉੱਥੇ ਜਦੋਂ ਤੁਸੀਂ ਇਹ ਦੇਖੋ ਕਿ ਤੁਹਾਡੇ ਅਸੂਲ ਕੀ ਕਹਿੰਦੇ ਆ, ਜਿਹੜਾ ਤੁਹਾਡਾ ਕਰਮ ਆ, ਸਿਰਫ ਤੁਸੀਂ ਆਪਣੇ ਦਿਮਾਗ ਦੇ ਵਿੱਚ ਇਮਾਨਦਾਰ ਹੋ ਸਕਦੇ ਹੋ, ਪਰ ਜਦੋਂ ਗੱਲ ਕਰਮ ਤੇ ਆਉਂਦੀ ਆ, ਕੰਮ ਵਰਕ ਤੇ ਆਉਂਦੀ ਆ, ਕੰਮ ਕਰਨ ਤੇ ਆਉਂਦੀ ਆ, ਫਿਰ ਉੱਥੇ ਜਿਹੜੇ ਤੁਹਾਡੇ ਐਕਸ਼ਨਸ ਨੇ, ਜੇ ਉਹ ਜ਼ਮੀਰ ਦੀ ਆਵਾਜ਼ ਸੁਣ ਕੇ ਆ, ਫਿਰ ਤੁਸੀਂ ਤੁਹਾਡੇ 'ਚ ਸੱਚੀ ਨਿਸ਼ਠਾ ਹੈ, ਫਿਰ ਤੁਹਾਡੀ ਇੰਟੀਗ੍ਰਿਟੀ ਕੰਮ ਆਉਂਦੀ ਹੈ। ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਗੱਲ ਤਾਂ ਸਮਝ ਆ ਗਈ ਕਿ ਇੱਕ ਬੰਦਾ ਇਮਾਨਦਾਰ ਕਦੋਂ ਹੁੰਦਾ ਹੈ
ਇੱਕ ਮੁਲਾਜ਼ਮ ਇਹ ਕਵੇ ਕਿ ਮੈਂ ਸਵੇਰੇ 9:30 ਵਜੇ ਜਾਂਦਾ, ਮੈਂ 4:30 ਵਜੇ ਦਫ਼ਤਰ 'ਚੋਂ ਆ ਸਕਦਾ, ਬਾਕੀਆਂ ਦਾ ਕੀ ਆ, ਉਹ ਤਾਂ 5-6 ਵਜੇ ਤੱਕ ਦਫ਼ਤਰ ਬੈਠੇ ਰਹਿੰਦੇ, ਕਿਉਂ ਜੀ? ਉਹ ਉਹਨਾਂ ਨੇ ਤਾਂ ਪੈਸੇ ਖਾਣੇ ਆ। ਇਟ ਮੀਨਸ ਜੇ ਤੂੰ ਪੈਸੇ ਨਹੀਂ ਖਾਣੇ ਤੂੰ 4:30 ਆ ਜਾਏਂਗਾ। ਨਹੀਂ ਨਾ, ਇਟ ਮੀਨਸ ਤੁਸੀਂ ਇਮਾਨਦਾਰ ਹੋ ਸਕਦੇ ਹੋ ਉਸ ਕੇਸ 'ਚ ਜੇ ਤੁਸੀਂ ਆਪਣੇ ਨਾਲ ਦੇ ਬਾਕੀ ਮੁਲਾਜ਼ਮਾਂ ਪ੍ਰਤੀ ਇਵੇਂ ਦੀ ਨੈਗੇਟਿਵਿਟੀ ਰੱਖਦੇ ਹੋ। ਤੁਸੀਂ ਇਮਾਨਦਾਰ ਬੇਸ਼ੱਕ ਹੋ ਸਕਦੇ ਹੋ ਕਿਉਂਕਿ ਉਹ ਤੁਸੀਂ ਆਪਣੀ ਨਿਗਾਹ 'ਚ ਹੋਣਾ ਹੈ, ਪਰ ਆਪਣੇ ਕਰਮ ਦੀ ਨਿਗਾਹ 'ਚ ਤੁਸੀਂ ਸੱਚੀ ਨਿਸ਼ਠਾ ਵਾਲੇ ਨਹੀਂ ਗੇ, ਤੁਹਾਡੀ ਇੰਟੀਗ੍ਰਿਟੀ ਖਤਰੇ 'ਚ ਆ। ਸੋ ਇੰਟੀਗ੍ਰਿਟੀ ਇੱਕ ਅਜਿਹੀ ਚੀਜ਼ ਆ, ਜਦੋਂ ਵੀ ਸਰਕਾਰ ਕਿਸੇ ਵੀ ਸ਼ਖਸ ਨੂੰ ਸਰਕਾਰੀ ਨੌਕਰੀ ਤੋਂ ਬਰਖਾਸਤ ਕਰਦੀ ਆ ਜਾਂ ਉਹਨੂੰ ਰੈਸਟੀ ਖਤਮ ਕਰ ਦਿੰਦੀ, ਉਹਦੀ ਨੌਕਰੀ ਖਤਮ ਕਰ ਦਿੰਦੀ ਆ, ਤਾਂ ਸਰਕਾਰ ਸੰਵਿਧਾਨ ਦੇ ਅਨੁਛੇਦ 311 ਦੇ ਤਹਿਤ ਕਹਿੰਦੇ ਆ ਕਿ ਸਰਕਾਰ ਨੂੰ ਇਹਦੀ ਇੰਟੀਗ੍ਰਿਟੀ 'ਤੇ ਯਕੀਨ ਨਹੀਂ ਰਿਹਾ, ਸਰਕਾਰ ਨੂੰ ਇਹਦੀ ਸੱਚੀ ਨਿਸ਼ਠਾ 'ਤੇ ਯਕੀਨ ਨਹੀਂ ਰਿਹਾ, ਸਰਕਾਰ 'ਚ ਇਹਦੀ ਸੱਚੀ ਨਿਸ਼ਠਾ ਨਹੀਂ ਰਹੀ। ਇਟ ਮੀਨਸ ਉੱਥੇ ਓਨੈਸਟੀ ਇਮਾਨਦਾਰੀ ਦਾ ਜ਼ਿਕਰ ਨਹੀਂ ਹੁੰਦਾ, ਉੱਥੇ ਜ਼ਿਕਰ ਹੁੰਦਾ ਹੈ ਸੱਚੀ ਨਿਸ਼ਠਾ ਦਾ। ਸੋ ਇੰਟੀਗ੍ਰਿਟੀ ਇੱਕ ਬਹੁਤ ਹੈਵੀ ਸ਼ਬਦ ਆ। ਮੈਨੂੰ ਲੱਗਦਾ ਕਿ ਜੇ ਮੈਂ ਇਹ ਗੱਲ ਕਹੀ ਕਵਾਂ ਤਾਂ ਆਹ ਦੇਖੋ, ਮੈਨੂੰ ਲੱਗਦਾ ਕਿ ਇਹਦਾ ਮਸਲਾ ਹੀ ਬੜਾ ਸੌਖਾ ਹੈ, ਇਹ ਤਾਂ ਵੈਸੇ ਹੀ ਹੱਲ ਹੋ ਗਿਆ। ਆਹ ਲਓ ਜੀ ਮਸਲਾ ਕਿਵੇਂ। ਇੰਟੀਗ੍ਰਿਟੀ ਇਜ਼ ਰਿਕਾਰਡਡ ਐਜ਼ ਓਨੈਸਟੀ ਐਂਡ ਟਰੁੱਥਫੁਲਨੈਸ ਔਰ ਐਕੂਰੇਸੀ ਆਫ ਵਨਸ ਐਕਸ਼ਨ। ਇਟ ਇਜ਼ ਦੀ ਪ੍ਰੈਕਟਿਸ ਆਫ ਬੀਇੰਗ ਓਨੈਸਟ, ਇਮਾਨਦਾਰ ਹੋਣ ਦੇ ਨਾਲ ਨਾਲ ਸ਼ੋਇੰਗ ਕੰਸਿਸਟੈਂਟ ਐਂਡ ਅਨਕੰਪਰੋਮਾਈਜ਼ਿੰਗ ਐਡਹੈਰੈਂਸ ਟੂ ਦੀ ਸਟਰੋਂਗ ਮੋਰਲ ਐਂਡ ਐਥੀਕਲ ਪ੍ਰਿੰਸੀਪਲਸ ਐਂਡ ਵੈਲਿਊਜ਼। ਮੀਨਸ ਇਕੱਲਾ ਇਮਾਨਦਾਰ ਹੋਣਾ ਨਹੀਂ, ਇਮਾਨਦਾਰ ਹੋਣ ਦੇ ਨਾਲ ਨਾਲ ਤੁਹਾਨੂੰ ਆਪਣੇ ਅਸੂਲਾਂ 'ਤੇ ਪੱਕੇ ਖੜ ਕੇ ਆਪਣੇ ਕਰਮ ਜਿਹੜੇ ਆ, ਠੀਕ ਆ, ਉਹਨਾਂ ਨੂੰ ਆਪਣੇ ਨਿਯਮਾਂ ਦੇ ਤਹਿਤ ਰਹਿ ਕੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਕਰਨਾ ਪਊਗਾ, ਫਿਰ ਜਾ ਕੇ ਮੰਨਾਂਗੇ ਕਿ ਉਹ ਚੀਜ਼ ਤੁਹਾਡੀ ਇੰਟੀਗ੍ਰਿਟੀ ਹੈ। ਇਗਜ਼ਾਮਪਲ ਕਹਿੰਦਾ, ਓਨੈਸਟੀ ਵੈਸੇ ਤਾਂ ਸੱਚ ਬੋਲਣਾ ਅਤੇ ਸੱਚੇ ਰਹਿਣਾ ਹੈ, ਸੱਚੀ ਨਿਸ਼ਠਾ ਪਰਿਭਾਸ਼ਾ ਅਨੁਸਾਰ ਆਪਣੇ ਨੈਤਿਕ ਕਦਰਾਂ ਕੀਮਤਾਂ ਨੂੰ ਗਵਾਏ ਬਿਨਾਂ ਆਪਣੀਆਂ ਕਦਰਾਂ ਕੀਮਤਾਂ 'ਤੇ ਚੱਲਦੇ ਹੋਏ ਆਪਣਾ ਕਰਮ ਕਰਨਾ ਹੈ। ਆਹ ਇੰਟੀਗ੍ਰਿਟੀ ਅਤੇ ਇਹਦੇ 'ਚ ਫਰਕ ਆ। ਕਹਿੰਦਾ ਜੇਕਰ ਅਸੀਂ ਥੋੜ੍ਹਾ ਜਿਹਾ ਡੂੰਘਾ ਜਾਈਏ ਤਾਂ ਸਾਨੂੰ ਐਵੇਂ ਲੱਗਦਾ ਹੈ ਕਿ ਓਨੈਸਟੀ ਸਿਰਫ ਸੱਚ ਤੱਕ ਜੁੜੀ ਹੋਈ ਆ, ਉਹਦੇ ਸਿੱਟੇ ਨੂੰ ਦੇਖੇ ਬਿਨਾਂ, ਪਰ ਜਿਹੜੀ ਇੰਟੀਗ੍ਰਿਟੀ ਆ, ਸੱਚੀ ਨਿਸ਼ਠਾ ਹੈ, ਉਹ ਤੁਹਾਡੇ ਸਿਧਾਂਤਾਂ ਨਾਲ ਟਿਕੀ ਹੋਈ ਹੈ। ਠੀਕ ਆ, ਓਨੈਸਟੀ ਕਦੇ ਵੀ ਇੰਟੀਗ੍ਰਿਟੀ ਦੀ, ਇਮਾਨਦਾਰੀ ਕਦੇ ਵੀ ਸੱਚੀ ਨਿਸ਼ਠਾ ਦੀ ਗਰੰਟੀ ਨਹੀਂ ਦਿੰਦੀ, ਪਰ ਸੱਚੀ ਨਿਸ਼ਠਾ ਇਮਾਨਦਾਰੀ 'ਤੇ ਹਮੇਸ਼ਾ ਨਿਰਭਰ ਕਰਦੀ ਹੈ। ਇਮਾਨਦਾਰੀ ਕਦੇ ਵੀ, ਇਮਾਨਦਾਰੀ ਸਿਰਫ ਸ਼ਬਦਾਂ ਦੀ ਹੁੰਦੀ ਆ ਅਤੇ ਸੱਚੀ ਨਿਸ਼ਠਾ ਤੁਹਾਡੇ ਕਰਮਾਂ ਦੀ ਹੁੰਦੀ ਆ, ਤੁਹਾਡੀ ਕਿਰਤ ਦੀ ਹੁੰਦੀ ਆ। ਮੈਨੂੰ ਲੱਗਦਾ ਜਿਹੜੀ ਮੈਂ ਉਦਾਹਰਣ ਦਿੱਤੀ ਸੀ ਉਹਨੇ ਆ ਸਾਰੇ ਦੋਵੇਂ ਪੈਰੇ। ਕਹਿੰਦਾ ਮੰਨ ਲਓ ਇੱਕ ਬੰਦਾ ਜਿਹੜਾ ਹੈ ਇੱਕ ਇਹੋ ਜਿਹਾ ਪ੍ਰੋਡਕਟ ਵੇਚਣਾ ਚਾਹੁੰਦਾ ਹੈ ਜਿਹੜਾ ਕਿ ਹਜੇ ਟੈਸਟ ਨਹੀਂ ਹੋਇਆ, ਠੀਕ ਆ, ਅਤੇ ਜਦੋਂ ਇਹੋ ਜਿਹਾ ਸੀਨ ਆ ਗਿਆ ਅਤੇ ਕਸਟਮਰ ਉਹਦੇ ਸਾਹਮਣੇ ਆ ਗਿਆ ਅਤੇ ਓਨੈਸਟੀ ਵਾਲਾ ਬੰਦਾ ਕਹੂਗਾ ਕਿ ਇਹ ਕਾਰ ਬਹੁਤ ਸਿਰਾ ਹੈ ਜੀ, ਅਤੇ ਤੁਸੀਂ ਨੋਟਿਸ ਕੀਤਾ ਉਹਨੇ ਵੀ ਕਿਹਾ ਕਿ ਹਜੇ ਤੱਕ ਨਾ ਉਹ ਜਿਹੜਾ ਉਹਦੇ ਕੁਛ ਚੀਜ਼ਾਂ ਹਜੇ ਉਹਦੀਆਂ ਟੈਸਟ ਨਹੀਂ ਹੋਈਆਂ, ਉਸ ਪ੍ਰੋਡਕਟ ਦੀਆਂ ਕੁਛ ਚੀਜ਼ਾਂ ਟੈਸਟ ਨਹੀਂ ਹੋਈਆਂ। ਅਤੇ ਕਹਿੰਦਾ ਪਰ ਜਿੰਨੀਆਂ ਵੀ ਲੋਕਾਂ ਨੇ ਕਾਰ ਖਰੀਦੀ ਆ ਉਹਨਾਂ ਦੇ ਰਿਵਿਊਜ਼ ਬਹੁਤ ਵਧੀਆ ਹੈ। ਇਮਾਨਦਾਰ ਬੰਦਾ ਇਸ ਗੱਲ ਨੂੰ ਕਹੂਗਾ ਕਿ ਇਹ ਕਾਰ ਬਹੁਤ ਸਿਰਾ ਹੈ ਜਾਂ ਪ੍ਰੋਡਕਟ ਬਹੁਤ ਸਿਰਾ ਹੈ ਅਤੇ ਸਾਨੂੰ ਹਜੇ ਤੱਕ ਇਹਦੀ ਇੱਕ ਕੰਪਲੀਟ ਨਹੀਂ ਆਈ। ਪਰ ਇੱਕ ਸੱਚੀ ਨਿਸ਼ਠਾ ਵਾਲਾ ਬੰਦਾ ਕੀ ਕਹੂਗਾ ਕਿ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਕਿ ਅਜੇ ਤੱਕ ਸਾਨੂੰ ਇਹਦੀ ਕੋਈ ਕੰਪਲੇਂਟ ਨਹੀਂ ਆਈ, ਪਰ ਅਜੇ ਵੀ ਇਹਦੇ ਕੁਛ ਸਿਕਿਉਰਿਟੀ ਫੀਚਰਸ ਨੇ ਜਿਹੜੇ ਅਸੀਂ ਹਜੇ ਟੈਸਟ ਹੀ ਨਹੀਂ ਕੀਤੇ। ਕਰ ਲਓ ਕਿਉਂ ਨੂੰ ਭਾਂਡਾ, ਸਮਝ ਆ ਗਈ ਗੱਲ ਕਿ ਕਿਵੇਂ ਇੱਕ ਓਨੈਸਟੀ ਅਤੇ ਇੰਟੀਗ੍ਰਿਟੀ ਵਾਲਾ ਬੰਦਾ, ਕਲੈਰਿਟੀ ਆ ਗਈ ਨਾ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਸੀ,
ਖੈਰ ਫਿਰ ਸੱਚੀ ਨਿ਷੍ਠਾ ਦੀ ਲੋੜ ਕੀ ਕੀ ਗਵਰਨੈਂਸ ਦੇ ਵਿੱਚ ਉਹਦੇ ਯੂਟੀਲਿਟੀ ਆ ਉਹਦੇ ਉਪਯੋਗ ਨੇ ਉਹ ਦੱਸਦੇ ਹੋ ਤਾਂ ਬੜੀ ਸਿੰਪਲ ਜੀ ਗੱਲ ਆ। ਸੋ ਇੰਟੀਗ੍ਰਿਟੀ ਬਹੁਤ ਜ਼ਰੂਰੀ ਹੁੰਦੀ ਆ ਜੇਕਰ ਤੁਸੀਂ ਅਦਾਰਿਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ, ਸਰਕਾਰੀ ਪ੍ਰਾਈਵੇਟ ਸਾਰੇ, ਤੇ ਆਪਣੇ ਨਾਗਰਿਕਾਂ ਨੂੰ ਇਹ ਇੰਸ਼ੋਰ ਕਰਨਾ ਚਾਹੁੰਦੇ ਹੋ ਕਿ ਸਰਕਾਰਾਂ ਤੁਹਾਡੇ ਪੱਖ 'ਚ ਨੇ ਨਾ ਕਿ ਕੁਝ ਲੋਕਾਂ ਦੇ। ਇੰਟੀਗ੍ਰਿਟੀ ਇੱਕ ਬਹੁਤ ਵੱਡਾ ਨੈਤਿਕ ਮਸਲਾ ਹੈ ਤੇ ਇਹ ਆਰਥਿਕਤਾ ਦੇ ਤੇ ਸਮਾਜ ਦੇ ਹਰ ਇੱਕ ਚੀਜ਼ ਦੇ ਬਾਰੇ ਹੁੰਦੀ ਹੈ, ਕਿਉਂਕਿ ਜੇ ਬਾਈ ਚਾਂਸ ਤੁਸੀਂ ਆਪਣੀ ਸੱਚੀ ਨਿਸ਼ਠਾ ਹੀ ਗਵਾਤੀ, ਸਰਕਾਰ ਨੂੰ ਤੁਹਾਡੀ ਸੱਚੀ ਨਿਸ਼ਠਾ 'ਚ ਹੀ ਵਿਸ਼ਵਾਸ ਨਾ ਰਿਹਾ, ਤੁਹਾਡੀ ਇੰਟੀਗ੍ਰਿਟੀ 'ਚ ਹੀ ਵਿਸ਼ਵਾਸ ਨਾ ਰਿਹਾ, ਤਾਂ ਮੈਂ ਇਹ ਗਰੰਟੀ ਦਿੰਦਾ ਕਿ ਜਿੰਨੇ ਦੇ ਜਿੰਨੇ ਚੰਗੇ ਸ਼ਾਸਨ ਦੇ ਗਵਰਨੈਂਸ ਦੇ ਤਿੰਨ ਚਾਰ ਮਜ਼ਬੂਤ ਪਿੱਲਰ ਹੁੰਦੇ ਆ, ਪੋਲੀਟੀਕਲ, ਇਕਨੋਮਿਕ ਤੇ ਸੋਸ਼ਲ, ਸਾਰੇ ਢਹਿ ਢੇਰੀ ਹੋ ਜਾਣਗੇ ਤੇ ਸਮਾਜ ਦੇ ਭਲੇ ਵਾਸਤੇ ਇੱਕ ਅਫਸਰ ਦਾ ਦੇ ਵਿੱਚ ਪਰਸਨ ਵਿਦ ਇੰਟੀਗ੍ਰਿਟੀ, ਸੱਚੀ ਨਿਸ਼ਠਾ ਵਾਲਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕਹੋਗੇ ਕਿ ਸਰ ਇਹਨੂੰ ਆਪਾਂ ਪੰਜਾਬੀ 'ਚ ਕਿਵੇਂ ਪੜ੍ਹਦੇ ਹਾਂ ਜਾਂ ਪੰਜਾਬੀ 'ਚ ਕੀ ਇਹ ਬਹੁਤ ਟਿਪੀਕਲ ਤਾਂ ਨਹੀਂ, ਬਹੁਤ ਸੌਖੀ ਆ ਮੇਨਸ ਦੀ ਆਂਸਰ ਰਾਈਟਿੰਗ ਪੰਜਾਬੀ 'ਚ, ਸ਼ਬਦਾਂ ਦੀ ਖੇਡ ਆ। ਸੱਚੀ ਨਿਸ਼ਠਾ ਇਮਾਨਦਾਰੀ ਦੇ ਨਾਲ ਨਾਲ ਆਪਣੇ ਕਰਮਾਂ ਪ੍ਰਤੀ ਸੱਚੇ ਰਹਿਣ ਦੀ ਸ਼ੈਲੀ ਨੂੰ ਕਿਹਾ ਜਾ ਸਕਦਾ ਹੈ। ਇਹ ਇਮਾਨਦਾਰ ਹੋਣ ਦੇ ਨਾਲ ਨਾਲ ਨੈਤਿਕ ਤੇ ਕਦਰਾਂ ਕੀਮਤਾਂ ਦੇ ਪ੍ਰਤੀ ਇਕਸਾਰ ਅਤੇ ਸਮਝੌਤਾ ਰਹਿਤ ਰਹਿਣ ਦਾ ਹੀ ਇੱਕ ਤਰੀਕਾ ਹੈ। ਪਰਿਭਾਸ਼ਾ ਅਨੁਸਾਰ ਇਮਾਨਦਾਰੀ ਸੱਚ ਬੋਲਣਾ ਤੇ ਸੱਚੇ ਹੋਣਾ ਹੈ ਤੇ ਇਸਦੇ ਉਲਟ ਸੱਚੀ ਨਿਸ਼ਠਾ ਤਖਤ ਨੈਤਿਕ ਨਿਯਮਾਂ ਦੀ ਪਾਲਣਾ ਹੈ। ਇਸ ਲਈ ਜੇਕਰ ਅਸੀਂ ਥੋੜਾ ਡੂੰਘਾਈ ਵਿੱਚ ਜਾਵਾਂਗੇ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਮਾਨਦਾਰੀ ਨਤੀਜਿਆਂ ਨੂੰ ਧਿਆਨ 'ਚ ਰੱਖੇ ਬਿਨਾਂ ਸੱਚਾਈ ਨਾਲ ਜੁੜੇ ਰਹਿਣਾ ਹੈ, ਜਦਕਿ ਸੱਚੀ ਨਿਸ਼ਠਾ ਸਿਧਾਂਤਾਂ ਦੀ ਪਾਲਣਾ ਬਾਰੇ ਹੈ। ਇਮਾਨਦਾਰੀ ਸੱਚੀ ਨਿਸ਼ਠਾ ਦੀ ਗਰੰਟੀ ਨਹੀਂ ਹੁੰਦੀ, ਜਦੋਂ ਕਿ ਸੱਚੀ ਨਿਸ਼ਠਾ ਇਮਾਨਦਾਰੀ ਤੇ ਆਧਾਰਿਤ ਸੰਕਲਪ ਹੈ। ਇਮਾਨਦਾਰੀ ਆਮ ਤੌਰ ਤੇ ਸ਼ਬਦਾਂ ਨਾਲ ਸੰਬੰਧਿਤ ਹੈ, ਪਰ ਸੱਚੀ ਨਿਸ਼ਠਾ ਕੰਮਾਂ ਨਾਲ ਸੰਬੰਧਿਤ ਹੁੰਦੀ ਹੈ। ਉਦਾਹਰਣ ਲਈ, ਇੱਕ ਵਿਅਕਤੀ ਇੱਕ ਗੱਡੀ ਵੇਚਣਾ ਚਾਹੁੰਦਾ ਹੈ ਜਿਸ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ ਗਈ। ਇਮਾਨਦਾਰੀ ਤੇ ਸੱਚੀ ਨਿਸ਼ਠਾ ਵਾਲਾ ਵਿਅਕਤੀ ਇਸ ਸਥਿਤੀ ਵਿੱਚ ਵੱਖਰੀ ਵੱਖਰੀ ਪ੍ਰਤੀਕਿਰਿਆ ਦੇਣਗੇ। ਕਿਹੜੀ ਦੇਣਗੇ? ਇਮਾਨਦਾਰ ਵਿਅਕਤੀ, ਇਹ ਕਾਰ ਬਹੁਤ ਵਧੀਆ ਹੈ ਤੇ ਸਾਨੂੰ ਅਜੇ ਤੱਕ ਇਹਦੀ ਕੋਈ ਸ਼ਿਕਾਇਤ ਨਹੀਂ ਆਈ। ਸੱਚੀ ਨਿਸ਼ਠਾ ਵਾਲਾ ਵਿਅਕਤੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਅਜੇ ਤੱਕ ਇਸ ਗੱਡੀ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ, ਪਰ ਕੰਪਨੀ ਵੱਲੋਂ ਇਸ ਦੀਆਂ ਕੁਝ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਚੰਗੀ ਤਰ੍ਹਾਂ ਜਾਂਚ ਕਰਨੀ ਅਜੇ ਬਾਕੀ ਹੈ, ਜੋ ਹੁਣ ਤੱਕ ਫਿਲਹਾਲ ਕੁਝ ਤਕਨੀਕੀ ਕਾਰਨਾਂ ਕਰਕੇ ਨਹੀਂ ਕੀਤੀ ਜਾ ਸਕੀ। ਸੱਚੀ ਨਿਸ਼ਠਾ, ਮੈਨੂੰ ਲੱਗਦਾ ਸਮਝ ਆ ਗਈ ਨਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇੱਕ ਸਿੰਪਲ ਜਿਹਾ ਆਨਸਰ, ਮੀਡੀਅਮ ਕੋਈ ਵੀ ਹੋਵੇ, ਯਾਦ ਰੱਖਿਓ ਮੀਡੀਅਮ ਪੰਜਾਬੀ ਹੋਵੇ, ਮੀਡੀਅਮ ਇੰਗਲਿਸ਼ ਹੋਵੇ, ਬੜੀ ਮਿਹਨਤ ਹੁੰਦੀ ਆ, ਜਾਂ ਕਿ ਜੇ ਆਪਾਂ ਉਹਨੂੰ ਬੜੇ ਵਧੀਆ, ਹੁਣ ਇਹਦੀ ਉਪਯੋਗਤਾ ਉਹ ਵੀ ਬੜੀ ਸਿੰਪਲ ਆ, ਮਜ਼ਬੂਤ ਸੰਸਥਾਵਾਂ ਬਣਾਉਣ ਤੇ ਨਾਗਰਿਕਾਂ ਨੂੰ ਭਰੋਸਾ ਦਿਵਾਉਣ ਲਈ ਸੱਚੀ ਨਿਸ਼ਠਾ ਜ਼ਰੂਰੀ ਹੈ, ਕਿਉਂਕਿ ਸਰਕਾਰ ਸਿਰਫ ਚੁਣਵੇਂ ਲੋਕਾਂ ਲਈ ਨਹੀਂ, ਸਗੋਂ ਉਹ ਜਨਤਕ ਹਿੱਤਾਂ ਵਿੱਚ ਕੰਮ ਕਰਨ ਲਈ ਲੋਕਾਂ ਦੁਆਰਾ ਚੁਣੀ ਗਈ ਹੈ। ਸੱਚੀ ਨਿਸ਼ਠਾ ਸਿਰਫ ਇੱਕ ਨੈਤਿਕ ਮੁੱਦਾ ਨਹੀਂ, ਇਹ ਅਰਥ ਵਿਵਸਥਾਵਾਂ ਤੇ ਸਮਾਜ ਨੂੰ ਵਧੇਰੇ ਲਾਭਕਾਰੀ, ਕੁਸ਼ਲ ਤੇ ਸਮਲਿਤ ਬਣਾਉਣ ਬਾਰੇ ਵੀ ਹੈ। ਸੱਚੀ ਨਿਸ਼ਠਾ ਰਾਜਨੀਤਿਕ, ਆਰਥਿਕ ਤੇ ਸਮਾਜਿਕ ਢਾਂਚੇ ਦੇ ਮਜ਼ਬੂਤ ਥੰਭਾਂ ਵਿੱਚੋਂ ਇੱਕ ਹੈ ਤੇ ਇਸ ਤਰ੍ਹਾਂ ਸਮੁੱਚੇ ਤੌਰ ਤੇ ਵਿਅਕਤੀਆਂ ਤੇ ਸਮਾਜਾਂ ਦੀ ਆਰਥਿਕ ਤੇ ਸਮਾਜਿਕ ਭਲਾਈ ਲਈ ਇਹ ਜ਼ਰੂਰੀ ਵੀ ਹੈ। ਸੋ ਕਿੱਡਾ ਸਮੂਥਲੀ ਸਾਨੂੰ ਪਤਾ ਲੱਗ ਗਿਆ ਕਿ ਜੇ ਐਥਿਕਸ ਦੇ ਵਿੱਚ ਕਦੀ ਓਨੈਸਟੀ, ਇੰਟੀਗ੍ਰਿਟੀ, ਪ੍ਰੋਬਿਟੀ, ਭਾਵ ਕਿ ਸੱਚੀ ਨਿਸ਼ਠਾ, ਇਮਾਨਦਾਰੀ, ਸੱਚੀ ਨਿਸ਼ਠਾ, ਦਿਆਨਤਦਾਰੀ, ਇਹਨਾਂ 'ਚੋਂ ਕੋਈ ਵੀ ਸਵਾਲ ਸਾਡੇ ਕੋਲ ਆ ਗਿਆ, ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਸਿਵਲ ਸਰਵਿਸਿਜ਼ ਦੇ IAS ਹੋਵੇ ਚਾਹੇ ਹੋਵੇ PCS, ਗੱਲ ਮੀਡੀਅਮ ਦੀ ਤਾਂ ਹੈ ਹੀ ਨਹੀਂ। ਮੀਡੀਅਮ ਦੀ ਇਸ ਕਰਕੇ ਨਹੀਂ, ਮੇਰੇ ਲਈ ਇਸ ਕਰਕੇ ਨਹੀਂ, ਕਿਉਂਕਿ ਮੇਰੇ ਵਾਸਤੇ ਦੋਵੇਂ ਮੀਡੀਅਮ ਬਹੁਤ ਕੰਫਰਟੇਬਲ ਨੇ, ਤੇ ਮੇਰੇ ਵਾਸਤੇ ਸਿਵਲ ਸਰਵਿਸਿਜ਼ ਦਾ ਮਤਲਬ ਹੀ ਇਹ ਆ ਕਿ ਤੁਸੀਂ ਆਨਸਰ ਰਾਈਟਿੰਗ ਦੇ ਵਿੱਚ ਕਿੰਨੀ ਕੁ ਵਧੀਆ ਡਿਟੇਲਿੰਗ ਕਰ ਰਹੇ ਹੋ, ਜਾਂ ਪੰਜਾਬੀ 'ਚ ਇਹ ਕਹਿ ਲਓ
ਕਿ ਆਨਸਰ ਰਾਈਟਿੰਗ ਤੁਸੀਂ ਕਿੰਨੀ ਕੁ ਵਧੀਆ ਡਿਟੇਲਿੰਗ ਕਰਾ ਰਹੇ ਹੋ। ਖੈਰ ਜੇ ਇੱਥੋਂ ਤੱਕ ਸਮਝ ਆ ਗਿਆ, ਇੱਕ ਵਾਰੀ ਮੈਂ ਤੁਹਾਡੇ ਨਾਲ ਸਿਲੇਬਸ ਇੱਕ ਵਾਰੀ ਦੁਬਾਰਾ ਫੇਰ ਡਿਸਕਸ ਕਰਨਾ ਚਾਹੁੰਦਾ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਿਲੇਬਸ ਦੇ ਵਿੱਚ ਟਰਾਂਸਪੇਰੈਂਸੀ, ਅਕਾਊਂਟੇਬਿਲਿਟੀ, ਪਾਰਦਰਸ਼ਤਾ, ਜਵਾਬਦੇਹੀ, ਈ ਗਵਰਨੈਂਸ, ਈ ਗਵਰਨੈਂਸ ਦੀਆਂ ਐਪਲੀਕੇਸ਼ਨਸ, ਉਹਦੇ ਉਪਯੋਗ, ਉਹਦੇ ਮਾਡਲ, ਉਹਦੀ ਕਾਮਯਾਬੀ, ਉਹਦੀਆਂ ਕਮਜ਼ੋਰੀਆਂ, ਉਹਦੇ ਕੀ ਉਹਦੇ 'ਚ ਪੋਟੈਂਸ਼ੀਅਲ ਨੇ, ਠੀਕ ਹੈ, ਕੀ ਕੱਢਣ ਪਾਉਣ ਨੂੰ ਪੰਜਾਬੀ 'ਚ ਕਹਿ ਲਈਏ, ਸਿਟੀਜਨ ਚਾਰਟਰ, ਇਹ ਸਭ ਕੁਛ ਇਹਦੇ 'ਚ, ਸਿਵਲ ਸਰਵਿਸਿਜ ਦੀ ਡੈਮੋਕ੍ਰੇਸੀ 'ਚ ਕੀ ਅਹਿਮੀਅਤ ਆ, ਅਤੇ ਸ਼ਾਸਨ ਦੇ ਬਦਲਦੇ ਤੌਰ ਤਰੀਕੇ, ਐਨ ਜੀ ਓਜ਼ ਦਾ ਕੀ ਰੋਲ ਆ, ਸੈਲਫ ਹੈਲਪ ਗਰੁੱਪਸ ਦਾ ਜਿਹੜਾ ਹੈ ਉਹਨਾਂ ਦਾ ਕੀ ਰੋਲ ਆ, ਹਰ ਇੱਕ ਚੀਜ਼ ਜਿਹੜੀ ਆ ਉਹ ਗਵਰਨੈਂਸ ਦੇ ਐਂਗਲ ਤੋਂ ਇੰਪੋਰਟੈਂਟ ਆ। ਸੋ ਗਵਰਨੈਂਸ ਦਾ ਇੱਕ ਐਂਗਲ ਆਪਾਂ ਕਵਰ ਕਰ ਲਿਆ, ਰਾਈਟ ਟੂ ਇਨਫੋਰਮੇਸ਼ਨ ਐਕਟ ਨਾਲ ਸੰਬੰਧਿਤ ਇੱਕ ਸਵਾਲ ਆਪਣਾ ਇੰਤਜ਼ਾਰ ਕਰ ਰਿਹਾ ਹੈ। ਸੋ ਸਵਾਲ ਉਹੀ ਸੀ ਕਿ ਸੁਪਰੀਮ ਕੋਰਟ ਦੇ ਦਫ਼ਤਰ ਨੂੰ, ਦੇਖੋ ਤੁਹਾਨੂੰ ਸਭ ਨੂੰ ਇੱਕ ਗੱਲ ਪਤਾ ਹੈ ਕਿ ਜਾਣਨ ਦਾ ਅਧਿਕਾਰ ਰਾਈਟ ਟੂ ਇਨਫੋਰਮੇਸ਼ਨ ਐਕਟ 2005 'ਚ ਆਇਆ ਸੀ, ਠੀਕ ਹੈ। ਅਸਲ ਦੇ ਵਿੱਚ ਕੀ ਸੀਗਾ, ਜਦੋਂ ਇਹ ਆਇਆ ਸੀ ਮਨਮੋਹਨ ਸਿੰਘ ਦੀ ਸਰਕਾਰ ਨਵੀਂ ਨਵੀਂ ਆਈ ਸੀ ਅਤੇ ਏ ਪੀ ਜੇ ਅਬਦੁਲ ਕਲਾਮ ਨੇ ਇਹਦੇ 'ਤੇ ਸਾਈਨ ਕੀਤੇ ਸੀਗੇ, ਠੀਕ ਹੈ। ਖੈਰ ਇਹ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ। ਹੁਣ ਇੰਪੋਰਟੈਂਟ ਗੱਲ ਕੀ ਇਹਦੇ 'ਚ, ਇਸ ਐਕਟ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ, ਕਹਿੰਦੇ ਇਸ ਐਕਟ ਦੇ ਦਾਇਰੇ ਦੇ ਵਿੱਚ, ਇਸ ਐਕਟ 'ਚ ਇੱਕ ਖਾਸੀਅਤ ਇਹ ਵੀ ਹੈ ਕਿ ਹਰ ਦਫ਼ਤਰ ਦੇ ਵਿੱਚ ਇੱਕ ਗਜ਼ਟਡ ਅਫਸਰ ਨੂੰ ਪੀ ਆਈ ਓ ਬਣਾਇਆ ਜਾਂਦਾ ਹੈ, ਪਬਲਿਕ ਇਨਫੋਰਮੇਸ਼ਨ ਅਫਸਰ, ਭਾਵ ਕਿ ਜਨਤਕ ਜਾਣਕਾਰੀ ਦੇਣ ਵਾਸਤੇ ਇੱਕ ਅਫਸਰ, ਇਹਨੂੰ ਅਸਿਸਟ ਕਰਦਾ ਹੈ ਏ ਪੀ ਆਈ ਓ, ਇਹਦਾ ਸਹਾਇਕ, ਠੀਕ ਆ, ਸਹਾਇਕ ਜਨਤਕ ਜਾਣਕਾਰੀ ਅਫਸਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਆ। ਸੋ ਅਸਿਸਟੈਂਟ ਪੀ ਆਈ ਓ, ਇਹ ਕੋਈ ਵੱਖਰਾ ਸਟਾਫ ਨਹੀਂ ਹੁੰਦਾ, ਸਟਾਫ ਦੇ ਵਿੱਚੋਂ ਹੀ ਕੁਛ ਜਾਣਿਆਂ ਦੀ ਡਿਊਟੀ ਲਾਈ ਹੁੰਦੀ ਆ ਕਿ ਜੇ ਲੋਕ ਜਾਣਨ ਦੇ ਅਧਿਕਾਰ ਦੇ ਕਾਨੂੰਨ ਦੇ ਤਹਿਤ ਕੁਛ ਜਾਣਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਦਓ, ਦੱਸੋ। ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀਆਂ ਜਿਹੜੀਆਂ ਉੱਚ ਅਦਾਲਤਾਂ ਨੇ, ਚਾਹੇ ਆਪਣੀ ਉੱਚ ਅਦਾਲਤ ਹਾਈ ਕੋਰਟ ਆ, ਚਾਹੇ ਉੱਚਤਮ ਅਦਾਲਤ ਸੁਪਰੀਮ ਕੋਰਟ ਆ, ਦੋਵੇਂ ਆ, ਇੱਕ ਉੱਚ ਅਦਾਲਤ ਇੱਕ ਉੱਚਤਮ, ਇੱਕ ਹਾਈ ਕੋਰਟ ਇੱਕ ਸੁਪਰੀਮ ਕੋਰਟ, ਕਹਿੰਦੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਦੋਵੇਂ ਪ੍ਰਕਾਰ ਦੀਆਂ ਅਦਾਲਤਾਂ ਹੈ ਇਹਨਾਂ 'ਚ ਜੱਜਾਂ ਟਰਾਂਸਪੇਰੈਂਸੀ ਦੀ ਬਹੁਤ ਕਮੀ ਹੈ। ਜੱਜ ਜਿਹੜਾ ਫੈਸਲਾ ਸੁਣਾਉਂਦੇ ਆ ਉਹਦੇ ਪਿੱਛੇ ਦਾ ਪੂਰੇ ਦਾ ਪੂਰਾ ਇੱਕ ਬੰਦੇ ਦੀ ਜ਼ਿੰਦਗੀ ਨਾਲ ਸੰਬੰਧਿਤ ਫੈਸਲਾ ਸੁਪਰੀਮ ਕੋਰਟ 'ਚ ਹੋ ਰਿਹਾ ਹੈ ਜਾਂ ਹਾਈ ਕੋਰਟ 'ਚ ਹੋ ਰਿਹਾ ਹੈ, ਕਿ ਉਹ ਜਾਣਨ ਦਾ ਅਧਿਕਾਰ ਨਹੀਂ, ਇੱਕ ਬੰਦੇ ਦੀ ਸਾਰੀ ਉਮਰ ਦੀ ਮਿਹਨਤ ਦੀ ਕਮਾਈ ਦਾ ਫੈਸਲਾ ਜੁਡੀਸ਼ਰੀ ਕਰ ਰਹੀ ਹੈ, ਕਿ ਉਹਦੀ ਉਹਦੇ ਬਾਰੇ ਟਰਾਂਸਪੇਰੈਂਸੀ ਜਾਂ ਉਹਦੀ ਅਕਾਊਂਟੇਬਿਲਿਟੀ ਨਹੀਂ, ਕੋਈ ਜਵਾਬਦੇਹੀ ਨਹੀਂ। ਸੋ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਜੋ ਕਿ ਟੋਪਿਕ ਦੇ ਸਿਲੇਬਸ ਦੇ ਵਿੱਚ ਲਿਖਿਆ ਹੋਇਆ ਹੈ, ਪਾਰਦਰਸ਼ਤਾ ਅਤੇ ਜਵਾਬਦੇਹੀ, ਉਹ ਸਿੱਧੇ ਸਿੱਧੇ ਉਸੇ ਦਾਇਰੇ 'ਚੋਂ ਹੀ ਇਹ ਸਵਾਲ ਚੱਕ ਲਿਆ ਗਿਆ ਅਤੇ ਪੰਜਾਬੀ 'ਚ ਕਹਿ ਲਈਏ ਪਾ ਦਿੱਤਾ ਗਿਆ। ਜੇ ਉਸੇ ਦਾਇਰੇ 'ਚੋਂ ਇਹ ਸਵਾਲ ਚੱਕਿਆ ਗਿਆ ਅਤੇ ਉਸੇ ਦਾਇਰੇ 'ਚੋਂ ਚੱਕ ਕੇ ਪਾ ਦਿੱਤਾ ਗਿਆ ਅਤੇ ਮਸਲਾ ਫਿਰ ਇਹੀ ਆ ਕਿ ਇਹਨੂੰ ਹੱਲ ਕਿਵੇਂ ਕੀਤਾ ਜਾਵੇ। ਫਿਰ ਆਖਰ ਇਸ ਸਵਾਲ ਨੂੰ ਹੱਲ ਕਰਨ ਦਾ ਵੀ ਤਾਂ ਕੋਈ ਤਰੀਕਾ ਹੋਣਾ ਚਾਹੀਦਾ ਹੈ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਇਸ ਸਵਾਲ ਨੂੰ ਹੁਣ ਹੱਲ ਕਰਨਾ ਹੈ, ਠੀਕ ਆ। ਇਸ ਸਵਾਲ ਨੂੰ ਹੱਲ ਕਰਨ ਦਾ ਤਰੀਕਾ ਇਹ ਆ ਕਿ ਆਪਾਂ ਦੇਖੀਏ ਕਿ ਸੁਪਰੀਮ ਕੋਰਟ ਦਾ ਜਿਹੜਾ ਰੀਸੈਂਟ ਡਿਸੀਜ਼ਨ ਆ ਉਹਨੇ ਉਹਦੇ ਕੀ ਪ੍ਰੋ ਕੌਨਸ ਨੇ। ਹੁਣ ਦੇਖੋ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਸ ਸਵਾਲ 'ਤੇ ਟਿੱਪਣੀ ਕਰਨੀ ਆ। ਟਿੱਪਣੀ ਕਰਨ ਦਾ ਮਤਲਬ ਆ ਕਿ ਤੁਹਾਨੂੰ ਇਹਦੇ ਫਾਇਦੇ ਨੁਕਸਾਨ ਦੱਸਣੇ ਪੈਣਗੇ। ਕ੍ਰਿਟੀਕਲੀ ਐਗਜ਼ਾਮਿਨ ਕਰਨ ਦਾ ਮਤਲਬ ਆ ਕਿ ਉਹਦੀ ਪੜਤੋਲ ਕਰਨੀ ਪਊਗੀ। ਵੈਸੇ ਵੀ ਮਗਰ ਦਿੱਤੇ ਹੋਏ ਸ਼ਬਦਾਂ ਦਾ ਕੋਈ ਬਹੁਤਾ ਫਰਕ ਪੀ ਸੀ ਐੱਸ ਆਈ ਐੱਸ 'ਚ ਹੁੰਦਾ ਨਹੀਂ, ਕਿਉਂਕਿ ਉਹ ਸਿਰਫ ਤੁਹਾਡੀ ਰਾਈਟਿੰਗ 'ਤੇ, ਤੁਹਾਡੇ ਕੰਟੈਂਟ 'ਤੇ ਦੇਖਦੇ ਆ। ਪ੍ਰੋ ਅਤੇ ਉਹਦੇ ਫੇਵਰ 'ਚ ਅਤੇ ਉਹਦੇ ਅਗੇਂਸਟ, ਉਹਦੇ ਪੱਖ 'ਚ ਅਤੇ ਉਹਦੇ ਉਲਟ, ਜੇ ਦੋਵੇਂ ਪਾਸੇ ਤਰਕ ਹੈਗੇ ਆ ਤਾਂ ਜਸਟੀਫਾਈ ਕਰੋ ਕਿ ਤੁਸੀਂ ਕਿਹਦੇ ਨਾਲ ਹੋ ਤਾਂ ਕਿਉਂ। ਹੁਣ ਦੇਖੋ ਇਵੇਂ ਦਾ ਹੀ ਇੱਕ ਸਵਾਲ ਮੈਂ ਕੱਲ੍ਹ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਅੰਤਰਰਾਸ਼ਟਰੀ ਸੰਬੰਧਾਂ ਕਰਾਊਂਗਾ।
ਮੈਨੂੰ ਯਾਦ ਆ ਮੈਂ ਇੱਕ ਸਵਾਲ ਡਿਸਕਸ ਕਰਨਾ ਕਿ ਕੀ ਭਾਰਤ ਨੂੰ ਨੈਟੋ ਪਲੱਸ ਦੇ ਨਾਲ ਜੁੜਨਾ ਚਾਹੀਦਾ ਹੈ? ਨਾਟੋ ਦਾ, ਨਾਟੋ ਪਲੱਸ ਇੱਕ ਗਰੁੱਪ ਆ ਨਾ ਅੱਡ ਦੇਸ਼ਾਂ ਦਾ, ਆਸਟ੍ਰੇਲੀਆ ਵਗੈਰਾ ਦਾ, ਕੀ ਭਾਰਤ ਨੂੰ ਜੁੜਨਾ ਚਾਹੀਦਾ? ਉੱਥੇ ਤੁਹਾਨੂੰ ਕਲੀਅਰ ਕਹਿਣਾ ਪਊਗਾ ਸ਼ੁਰੂ 'ਚ ਕਿ ਹਾਂਜੀ ਜਾਂ ਨਾ ਜੀ, ਮਤਲਬ ਆਈਦਰ ਏ ਔਰ ਬੀ, ਮਤਲਬ ਚਾਹ ਹਾਂ ਤੇ ਹਾਂ, ਪਰ ਕਲੀਅਰ ਕੱਟ। ਇੱਥੇ ਤੁਸੀਂ ਉਹਦੇ ਫੇਵਰ ਤੇ ਉਹਦੇ ਅਗੇਂਸਟ, ਹੁਣ ਤੁਸੀਂ ਕਹੋਗੇ ਸਰ ਸੁਪਰੀਮ ਕੋਰਟ ਦੇ ਜੱਜ ਉਹਦੇ ਦਾਇਰੇ 'ਚ ਆ ਗਏ, ਇਹਦੇ ਅਗੇਂਸਟ ਕੀ ਹੋ ਸਕਦਾ? ਕੱਢਣੇ ਪੈਣਗੇ ਤੁਹਾਨੂੰ ਚੰਗੀ ਤਰ੍ਹਾਂ, ਪੁਆਇੰਟ ਕੱਢਣੇ ਪੈਣਗੇ ਕਿ ਕਿਹੜੇ ਪੁਆਇੰਟ ਉਹਦੇ ਫੇਵਰ 'ਚ ਜਾਣਗੇ ਤੇ ਕਿਹੜੇ ਪੁਆਇੰਟ ਉਹਦੇ ਅਗੇਂਸਟ ਜਾਣਗੇ। ਖੈਰ ਆ ਜਾਓ ਸਭ ਤੋਂ ਪਹਿਲੀ ਗੱਲ, ਹੁਣ ਇਹੋ ਜਿਹੇ ਸਵਾਲ ਨੂੰ ਤਿਆਰ ਕਿਵੇਂ ਕਰਨਾ ਹੈ? ਬੜਾ ਆਸਾਨ ਹੁੰਦਾ ਹੈ ਇਹੋ ਜਿਹੇ ਸਵਾਲ ਨੂੰ ਤਿਆਰ ਕਰਨਾ। ਕਿਵੇਂ? ਸਭ ਤੋਂ ਪਹਿਲਾਂ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਇੱਕ ਬਹੁਤ ਤਗੜਾ ਹਥਿਆਰ ਆ ਜਿਹੜਾ ਕਿ ਜਵਾਬਦੇਹੀ, ਠੀਕ ਹੈ, ਅਤੇ ਮੀਨਸ ਕਿ ਨਾਗਰਿਕਾਂ ਦੇ ਵਿੱਚ ਚੇਤਨਾ ਅਤੇ ਲੋਕਤੰਤਰ ਨੂੰ ਹੋਰ ਜ਼ਿਆਦਾ ਪਾਰਟੀਸਪੇਟਿਵ, ਭਾਵ ਕਿ ਲੋਕਾਂ ਵਾਸਤੇ ਹਿੱਸੇਦਾਰੀ ਵਾਲਾ ਬਣਾ ਰਿਹਾ। ਕਹਿੰਦਾ ਜਿਹੜੀ ਸਾਡੀ ਉੱਚ ਅਦਾਲਤਾਂ ਸੀਗੀਆਂ ਉਹ ਅਕਸਰ ਉਹ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਗੈਰ ਪਾਰਦਰਸ਼ਤਾ ਜਾਂ ਓਪੇਕਨੈਸ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ, ਮੈਨੂੰ ਸ਼ਬਦ ਭੁੱਲ ਗਿਆ ਇੱਕੋ ਦਮ, ਕਿ ਮੀਨਸ ਕਿ ਪਾਰਦਰਸ਼ਤਾ ਰਹਿਤ, ਜਿਹਦੇ ਵਾਸਤੇ ਆਪਾਂ ਹੋਰ ਵੀ ਸ਼ਬਦ ਹੁੰਦਾ, ਮੀਨਸ ਕਿ ਉਹਨਾਂ ਨੂੰ ਐਂ ਲੱਗਦਾ ਸੀ ਕਿ ਉਹ ਜੁਡੀਸ਼ਰੀ ਦੀ, ਉਹ ਨਿਆਂਪਾਲਿਕਾ ਦੀ ਆਜ਼ਾਦੀ ਦੇ ਨਾਂ 'ਤੇ ਓਪੇਕ ਨੇ। ਓਪੇਕ ਹੋਣ ਦਾ ਮਤਲਬ ਆ ਗੈਰ ਪਾਰਦਰਸ਼ੀ ਨੇ, ਠੀਕ ਆ, ਆਪਾਂ ਉਹ ਵੀ ਸ਼ਬਦ ਵਰਤ ਸਕਦੇ ਹਾਂ। ਪਰ ਸੁਪਰੀਮ ਕੋਰਟ ਦੇ ਹੁਣੇ ਆਏ ਫੈਸਲੇ ਨੇ ਚੀਫ ਜਸਟਿਸ ਦੇ ਦਫ਼ਤਰ ਨੂੰ ਵੀ RTI ਦੇ ਦਾਇਰੇ 'ਚ ਲਿਆਂਦਾ। ਇਟ ਮੀਨਸ ਇਹ ਸਾਫ਼ ਦੱਸਦਾ ਹੈ, ਸੁਪਰੀਮ ਕੋਰਟ ਖੁਦ ਕਹਿਣਾ ਚਾਹੁੰਦੀ ਆ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈਗਾ। ਸੋ ਸਭ ਤੋਂ ਪਹਿਲੀ ਗੱਲ, ਪਹਿਲੀਆਂ ਚਾਰ ਲੈਣਾਂ 'ਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸਲ 'ਚ ਫੈਸਲਾ ਹੈ ਕੀ ਆ ਅਤੇ ਸੁਪਰੀਮ ਕੋਰਟ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਹੁਣ ਇਸ ਫੈਸਲੇ ਦੇ ਇੰਪਲੀਕੇਸ਼ਨਸ ਕੀ ਹੋਣਗੇ, ਮਤਲਬ ਇਹਦੇ ਕੀ ਇੰਪਲੀਕੇਸ਼ਨਸ ਨਿਕਲ ਕੇ ਆਉਣਗੇ? ਸਭ ਤੋਂ ਪਹਿਲਾਂ ਕਿ ਬਈ ਟਰਾਂਸਪੇਰੈਂਸੀ, ਪਾਰਦਰਸ਼ਤਾ ਅਤੇ ਆਜ਼ਾਦੀ, ਜੁਡੀਸ਼ੀਅਲ ਇੰਡੀਪੈਂਡੈਂਸ ਜਿਹੜੀ ਆ, ਹੁਣ ਸਭ ਤੋਂ ਪਹਿਲੀ ਗੱਲ ਜੁਡੀਸ਼ੀਅਲ ਇੰਡੀਪੈਂਡੈਂਸ ਜਿਹੜੀ ਆ ਉਹ ਸਰਕਾਰ ਯਾਨੀ ਕਿ ਕਾਰਜਕਾਰੀਆ ਦੇ ਪ੍ਰਭਾਵ ਤੋਂ ਬਿਲਕੁਲ ਬਾਹਰ ਆ, ਪਰ ਅਸਲ ਦੇ ਵਿੱਚ ਜਿਹੜੀ ਜੁਡੀਸ਼ੀਅਲ ਇੰਡੀਪੈਂਡੈਂਸ ਸੀ ਉਹਨੂੰ ਇੰਡੀਪੈਂਡੈਂਸ ਇਸ ਕਰਕੇ ਕੀਤਾ ਗਿਆ ਸੀ ਕਿ ਤੁਸੀਂ ਸਰਕਾਰ ਦੇ ਦਬਾਅ 'ਚ ਨਾ ਆਇਓ। ਇਹਦਾ ਮਤਲਬ ਕਦੇ ਇਹ ਨਹੀਂ ਸੀ ਕਿ ਜੱਜਾਂ ਨੂੰ ਅੱਡ ਫਾਇਦੇ ਦੇਣੇ ਚਾਹੁੰਦੇ ਸੀ, ਇਸ ਕਰਕੇ ਜੱਜਮੈਂਟ ਨੇ ਕਲੀਅਰ ਕੱਟ ਮੈਂਸ਼ਨ ਦੇਤਾ ਕਿ ਅਸੀਂ ਆਪਣੇ ਪ੍ਰੋਸੈਸ ਨੂੰ ਟਰਾਂਸਪੇਰੈਂਟ ਕਹਿਣਾ ਹੈ। ਆ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਜੁਡੀਸ਼ਰੀ ਇੰਡੀਪੈਂਡੈਂਟ ਆ, ਜੁਡੀਸ਼ਰੀ ਦੀ ਇੰਡੀਪੈਂਡੈਂਟ ਦੇ ਇੰਡੀਪੈਂਡੈਂਸ ਦੇ ਨਾਂ 'ਤੇ, ਜੁਡੀਸ਼ਰੀ ਦੀ ਆਜ਼ਾਦੀ ਦੇ ਨਾਂ 'ਤੇ ਜੱਜ ਸਭ ਕੁਛ ਕਰਨ ਨੂੰ ਆਜ਼ਾਦ ਥੋੜ੍ਹਾ ਹੈ। ਜੁਡੀਸ਼ਰੀ ਆਜ਼ਾਦ ਆ, ਜੱਜ ਨਹੀਂ ਆਜ਼ਾਦ, ਕਿੱਡੀ ਸਿੰਪਲ ਜੀ ਗੱਲ ਆ। ਖੈਰ ਨੈਕਸਟ ਅੱਗੇ ਆ ਜਾਓ, ਅਗਲੀ ਗੱਲ ਆ ਗਈ ਆਪਣੇ ਕੋਲ ਅਕਾਊਂਟੇਬਿਲਿਟੀ, ਜਵਾਬਦੇਹੀ। ਲੋਕ ਜਿਨ੍ਹਾਂ ਦੇ ਕਿ ਜ਼ਿੰਦਗੀ ਦੇ ਫੈਸਲੇ, ਉਹਨਾਂ ਦੀ ਆਜ਼ਾਦੀ ਦੇ, ਉਹਨਾਂ ਦੀ ਜਾਇਦਾਦ ਦੇ, ਉਹਨਾਂ ਦੇ ਹੱਕਾਂ ਦੇ ਫੈਸਲੇ ਵੱਡੀਆਂ ਅਦਾਲਤਾਂ ਤੈਅ ਕਰਦੀਆਂ, ਕਹਿੰਦਾ ਕੀ ਉਹਨਾਂ ਲੋਕਾਂ ਨੂੰ ਬਿਲਕੁਲ ਵੀ ਹੱਕ ਨਹੀਂ ਕਿ ਕਿਸ ਕ੍ਰਾਈਟੇਰੀਆ 'ਤੇ, ਕਿਸਨਾਂ ਸ਼ਰਤਾਂ 'ਤੇ ਆਧਾਰ 'ਤੇ ਇਹ ਫੈਸਲੇ ਲਏ ਗਏ ਆ? ਸੋ ਉਹਨਾਂ ਨੂੰ ਵੀ ਇਹ ਜਾਣਨਾ ਬਹੁਤ ਜ਼ਰੂਰੀ ਸੀ। ਤੀਸਰੀ ਗੱਲ, ਡੈਕਲਰੇਸ਼ਨ ਆਫ ਪਰਸਨਲ ਐਸੈਟ। ਸੋ ਚੀਫ ਜਸਟਿਸ ਨੂੰ ਹੁਣ ਇਹ ਜਵਾਬਦੇਹੀ ਹੋਊਗੀ ਕਿ ਉਹ ਆਪਣੀ ਆਪਣੀ ਤਨਖਾਹ, ਆਪਣੀ ਕਮਾਈ, ਆਪਣੀ ਜਾਇਦਾਦ ਬਾਰੇ ਪਬਲਿਕ ਡੋਮੇਨ 'ਚ ਪਾਵੇ। ਜੇ ਅਸੀਂ DGP ਦੀ, ਅਸੀਂ MLA MP ਦੀ ਜਾਇਦਾਦ ਜਾਣਨ ਦੇ ਹੱਕਦਾਰ ਹਾਂ ਤਾਂ ਅਸੀਂ ਇੱਕ ਚੀਫ ਜਸਟਿਸ ਦੀ ਜਾਇਦਾਦ ਕਿੰਨੀ ਆ ਅਤੇ ਕਿੰਨੀ ਸੀ ਜਦੋਂ ਉਹ ਨੌਕਰੀ 'ਚ ਆਇਆ ਸੀ ਅਤੇ ਅੱਜ ਕਿੰਨੀ ਆ, ਇਹ ਜਾਣਨ ਦੇ ਹੱਕਦਾਰ ਅਸੀਂ ਕਿਉਂ ਨਹੀਂ ਗਏ? ਇਟ ਮੀਨਸ ਇਹ ਵੀ ਪਬਲਿਕ ਡੋਮੇਨ 'ਚ ਆਉਣਾ ਚਾਹੀਦਾ। ਖੈਰ ਫਾਇਦੇ ਵੀ ਦਿਸ ਰਹੇ ਆ, ਕੋਈ ਨੁਕਸਾਨ ਤਾਂ ਨਹੀਂ ਇਹਦਾ। ਇੱਕ ਸਭ ਤੋਂ ਵੱਡਾ ਨੁਕਸਾਨ, ਸਭ ਤੋਂ ਵੱਡਾ ਚੈਲੰਜ ਜਿਹੜਾ ਸਾਨੂੰ ਸਭ ਤੋਂ ਵੱਧ ਦਿਸ ਰਿਹਾ ਹੈ ਉਹ ਆ ਜੁਡੀਸ਼ੀਅਲ ਬਰਡਨ। RTI ਐਕਟ ਦੀ ਇੱਕ ਖਾਸੀਅਤ ਆ ਕਿ ਇਹਨੇ ਦਫ਼ਤਰ ਦੇ ਵਿੱਚੋਂ ਹੀ ਮੁਲਾਜ਼ਮਾਂ ਦੀ ਡਿਊਟੀ ਲਾ ਦਿੱਤੀ ਕਿ ਤੁਸੀਂ RTI ਐਕਟ ਦੇ ਤਹਿਤ ਜਵਾਬ ਦੇਣੇ ਆ। ਜਿਹੜੀ ਸਾਡੀ ਜੁਡੀਸ਼ਰੀ ਅੱਗੇ ਹੀ ਓਵਰਲੋਡਡ ਆ,
ਜੇ ਉਹਦੇ 'ਚੋਂ ਵੀ 10% ਜਾਂ 5% ਬੰਦੇ ਲੋਕਾਂ ਦੇ ਜਵਾਬ ਦੇਣ ਲੱਗ ਪੈਣਗੇ ਤਾਂ ਜੁਡੀਸ਼ਰੀ ਓਵਰਬਰਡਨ ਹੋ ਜੂਗੀ, ਉਹਦੇ 'ਤੇ ਨਜਾਇਜ਼ ਬੋਝ ਪੈ ਜੂਗਾ। ਇਹਦੇ 'ਚ ਮਹਿਕਮੇ ਦੇ ਵਿੱਚੋਂ ਹੀ ਤੁਹਾਨੂੰ PIOs, ਮਹਿਕਮੇ ਦੇ ਵਿੱਚੋਂ ਹੀ ਪਬਲਿਕ ਇਨਫੋਰਮੇਸ਼ਨ ਦਾ ਅਫਸਰ ਤੇ APIO ਲੱਭ ਕੇ ਡਿਊਟੀ ਤੇ ਲਾਉਣੇ ਪੈਂਦੇ ਆ, ਨਾ ਕਿ ਬਾਹਰੋਂ ਕੀ ਅਮਲਾ ਮਿਲਦਾ ਹੈ। ਸੋ ਜਿਹੜਾ ਅਧੀਨ ਅਮਲਾ ਵੀ ਆ, ਸਬਆਰਡੀਨੇਟ ਸਟਾਫ ਵੀ ਨੇ, ਚਾਹੇ ਉਹ ਜੁਡੀਸ਼ਰੀ ਦੇ ਬੰਦੇ ਆ, ਨਿਆਂਪਾਲਿਕਾ ਦੇ ਬੰਦੇ ਆ, ਚਾਹੇ ਉਹ ਪ੍ਰਸ਼ਾਸਨ ਦੇ ਐਡਮਿਨਿਸਟ੍ਰੇਸ਼ਨ ਦੇ ਬੰਦੇ ਆ, ਕੋਰਟ ਦੇ ਵਿੱਚ ਪ੍ਰਸ਼ਾਸਨਿਕ ਅਮਲਾ ਵੀ ਤਾਂ ਹੁੰਦਾ ਹੀ ਆ, ਐਡਮਿਨਿਸਟ੍ਰੇਟਿਵ ਸਟਾਫ ਵੀ ਤਾਂ ਹੁੰਦਾ ਹੀ ਆ, ਚਾਹੇ ਉਹ ਐਡਮਿਨਿਸਟ੍ਰੇਟਿਵ ਸਟਾਫ ਆ, ਪ੍ਰਸ਼ਾਸਨਿਕ ਅਮਲਾ ਹੈ, ਚਾਹੇ ਕੋਈ ਵੈਸੇ ਜੁਡੀਸ਼ੀਅਲ ਸਟਾਫ ਆ, ਭਾਵੇਂ ਉਹ ਨਿਆਂਇਕ ਅਮਲਾ ਹੈ। ਯਾਰ ਕਿਸੇ ਵੀ ਪ੍ਰਕਾਰ ਦਾ ਅਮਲਾ ਹੋਵੇ, ਕਿਸੇ ਵੀ ਪ੍ਰਕਾਰ ਦਾ ਸਟਾਫ ਹੋਵੇ, ਕੀ ਜੇ ਉਹ 10% ਸਟਾਫ ਪਰਾਂ ਖਿਸਕ ਗਿਆ ਫਿਰ ਕੀ ਕਰਨਗੇ? ਸੋ ਇਹ ਸਰਵੀਲੈਂਸ। ਸੋ ਇੱਕ ਗੱਲ ਬੜੀ ਕਲੀਅਰ ਆ ਕਿ ਜੁਡੀਸ਼ਰੀ ਦੇ ਕੰਮਾਂ ਤੇ ਨਿਗਾਹ ਵੀ ਰੱਖੀ ਜਾ ਸਕਦੀ ਆ। ਕੀ ਪਤਾ ਬਾਹਰੋਂ ਕੌਣ ਆ ਜਿਹੜਾ ਜੁਡੀਸ਼ਰੀ ਆਰਟੀਆਂ ਪਾ ਕੇ, ਜੁਡੀਸ਼ਰੀ ਜੱਜਾਂ ਦੇ ਫੈਸਲੇ, ਕਿ ਇੱਕ ਫੈਸਲੇ 'ਚ ਜੱਜ ਕੀ ਸੋਚ ਰਿਹਾ ਸੀ ਜਾਂ ਉਹਨਾਂ ਨੇ ਕੀ ਕੀਤਾ, ਇਹਦਾ ਮਤਲਬ ਜੁਡੀਸ਼ਰੀ ਜਿਹਦੀ ਕਿ ਜਿਹਦੀ ਕਿ ਇੰਡੀਪੈਂਡੈਂਸ ਇਸ ਕਰਕੇ ਵੀ ਜ਼ਰੂਰੀ ਆ ਕਿ ਬਈ ਸਰਕਾਰ ਕਿਤੇ ਜੱਜਾਂ ਨੂੰ ਟਾਰਗੇਟ ਨਾ ਕਰੇ ਉਹਨਾਂ ਦੀ ਸੋਚ ਦੇ ਮੁਤਾਬਕ, ਕਿ ਇਹ ਫੈਸਲੇ 'ਚੋਂ ਕੀ ਗੜਬੜ ਹੋਈ, ਕਿਹੜੇ ਜੱਜ ਨੇ ਕੀ ਕੀਤਾ, ਕਿਹੜੇ ਨੇ ਕੀ ਕਿਹਾ, ਅਤੇ ਜੱਜ ਸਰਕਾਰਾਂ ਸਪੈਸੀਫਿਕਲੀ ਜੱਜਾਂ ਨੂੰ ਟਾਰਗੇਟ ਨਾ ਕਰ ਲੈਣ। ਇੱਕ ਬਹੁਤ ਵੱਡੇ ਪੱਧਰ 'ਤੇ ਜਿਹੜੀ ਸਰਵੀਲੈਂਸ ਆ ਨਾ, ਉਹ ਵੀ ਇੱਕ ਬਹੁਤ ਵੱਡਾ ਚੈਲੇਂਜ ਆ। ਸੋ ਖੈਰ ਮੁੱਕਦੀ ਗੱਲ ਇਹ ਆ, ਦੋ ਕੁ ਬਹੁਤ ਵੱਡੇ ਚੈਲੇਂਜ ਪਰ ਬਾਕੀ ਚੰਗੇ ਕੰਮ। ਸੋ ਜੁਡੀਸ਼ਰੀ ਜਿਹੜੀ ਆ ਉਹਦੇ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਕਿ ਨਿਆਂਪਾਲਿਕਾ ਨੂੰ ਜਾਣਨ ਦੇ ਕਾਨੂੰਨ ਦੇ ਅਧਿਕਾਰ ਦੇ ਤਹਿਤ ਲੈ ਕੇ ਆਉਣਾ, ਠੀਕ ਆ, ਜਾਣਨ ਦੇ ਅਧਿਕਾਰ ਦੇ ਤਹਿਤ ਲੈ ਕੇ ਆਉਣਾ, ਇਹ ਕੁੱਲ ਮਿਲਾ ਕੇ ਸਹੀ ਫੈਸਲਾ ਹੈ ਕਿ ਮੁੱਖ ਜੱਜ ਦੇ ਦਫ਼ਤਰ ਨੂੰ RTI ਦੇ ਦਾਇਰੇ 'ਚ ਲੈ ਕੇ ਆਉਣਾ, ਇੱਕ ਲੈਂਡਮਾਰਕ ਡਿਸੀਜ਼ਨ ਆ। ਅਤੇ ਇਸ ਤੋਂ ਬਾਅਦ ਹੁਣ ਅਗਲਾ ਕੰਸੈਪਟ ਆ ਕਿ ਜਿਹੜੀ ਗੈਰ ਪਾਰਦਰਸ਼ਤਾ ਕੋਲੀਜੀਅਮ ਸਿਸਟਮ 'ਚ ਵਰਤੀ ਜਾਂਦੀ ਹੈ, ਜੱਜਾਂ ਦੀ ਭਰਤੀ 'ਚ ਵਰਤੀ ਜਾਂਦੀ ਹੈ, ਹੁਣ ਸੁਪਰੀਮ ਕੋਰਟ ਨੂੰ ਉਹਦੇ 'ਤੇ ਵੀ ਕੋਈ ਡਿਸੀਜ਼ਨ ਜਲਦੀ ਦੇਣਾ ਚਾਹੀਦਾ ਹੈ। ਨੈਕਸਟ ਸਟੈਪ ਵੁੱਡ ਬੀ ਟੂ ਰਿਮੂਵ ਅਪੇਕਨੈਸ ਅਬਾਊਟ ਦੀ ਅਪੁਆਇੰਟਮੈਂਟ ਆਫ ਜੱਜਿਸ ਦੈਟ ਇਜ਼ ਥਰੂ ਕੋਲੀਜੀਅਮ ਸਿਸਟਮ ਇਨ ਸੁਪਰੀਮ SC ਮੀਨਸ ਸੁਪਰੀਮ, ਵੈਸੇ ਸੁਪਰੀਮ ਕੋਰਟ ਲਿਖਿਆ ਕਰੋ ਤੁਸੀਂ ਇੱਥੇ, ਠੀਕ ਆ। ਇਹ ਲੋਕਾਂ ਦਾ ਨਿਆਂਪਾਲਿਕਾ 'ਚ ਹੋਰ ਜ਼ਿਆਦਾ ਹੌਂਸਲਾ ਵਧਾਊਗੀ। ਹੁਣ ਜੇ ਆਪਾਂ ਕਹੀਏ ਕਿ ਇਸੇ ਸਵਾਲ ਨੂੰ ਆਪਾਂ ਪੰਜਾਬੀ ਮੀਡੀਅਮ 'ਚ ਲਿਖਣਾ ਹੋਵੇ, ਸੇਮ ਇਸੇ ਸਵਾਲ ਨੂੰ ਆਪਾਂ ਪੰਜਾਬੀ ਮੀਡੀਅਮ 'ਚ ਬੜੇ ਵਧੀਆ ਤਰੀਕੇ ਨਾਲ ਲਿਖ ਸਕਦੇ ਹਾਂ। ਕਿਵੇਂ? ਸੂਚਨਾ ਦਾ ਅਧਿਕਾਰ ਇੱਕ ਮਜ਼ਬੂਤ ਹਥਿਆਰ ਹੈ ਜੋ ਜਵਾਬਦੇਹੀ, ਨਾਗਰਿਕ ਸਰਗਰਮੀ ਨੂੰ ਵਧਾਉਂਦਾ ਹੈ ਅਤੇ ਲੋਕਤੰਤਰ ਨੂੰ ਵਧੇਰੇ ਭਾਗੇਦਾਰ ਬਣਾਉਂਦਾ ਹੈ। ਨਿਆਂਪਾਲਿਕਾ ਦੀ ਸਵਤੰਤਰਤਾ ਦੀ ਧਾਰਨਾ ਤਹਿਤ ਇਹ ਪਾਰਦਰਸ਼ਤਾ ਉਹੀ ਗੈਰ ਪਾਰਦਰਸ਼ਤਾ ਲਈ ਇੱਕ ਉੱਚ ਅਕਸਰ ਆਲੋਚਨਾ ਕੀਤੀ ਗਈ ਹੈ ਅਤੇ ਭਾਰਤ ਦੇ ਮੁੱਖ ਚੀਫ ਜਸਟਿਸ ਦੁਆਰਾ ਇਸ ਦਫ਼ਤਰ ਨੂੰ ਸੂਚਨਾ ਦੇ ਅਧਿਕਾਰ ਦੇ ਤਹਿਤ ਲਿਆਉਣ ਦਾ ਫੈਸਲਾ ਇਹ ਸਾਬਤ ਕਰਦਾ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਸੇਮ ਉਹੀ ਗੱਲਾਂ, ਪਰ ਗੱਲ ਇਹ ਆ ਕਿ ਸ਼ਬਦ ਇੰਨੇ ਆਸਾਨ ਤਾਂ ਕਿ ਤੁਸੀਂ ਬੜੀ ਆਸਾਨੀ ਨਾਲ ਲਿਖ ਸਕੋ, ਤੁਹਾਨੂੰ ਇਹ ਦੇਖ ਕੇ ਪੜ੍ਹ ਕੇ ਲੱਗਦਾ ਹੀ ਹੋਊਗਾ ਕਿ ਹਾਂ, ਮੀਨਸ ਕਿ ਇਹ ਕੋਈ ਗੂਗਲ ਟਰਾਂਸਲੇਸ਼ਨ ਨਹੀਂ, ਉਹੀ ਕਹਾਣੀ ਹੈ ਕਿ ਇਸ ਡਿਸੀਜ਼ਨ ਦੇ ਕੀ ਇੰਪੈਕਟ ਇੰਪਲੀਕੇਸ਼ਨਸ ਹੋਣਗੇ। ਪਾਰਦਰਸ਼ਤਾ ਅਤੇ ਸਵਤੰਤਰਤਾ, ਜਵਾਬਦੇਹੀ, ਨਿੱਜੀ ਜਾਇਦਾਦਾਂ ਦਾ ਐਲਾਨ, ਚੁਣੌਤੀਆਂ ਵੀ ਦੱਸਦੀਆਂ ਕਿ ਇੱਕ ਨਿਆਂਇਕ ਬੋਝ ਵੀ ਹੋ ਸਕਦਾ ਹੈ ਅਤੇ ਨਿਗਰਾਨੀ ਵੀ ਰੱਖੀ ਜਾ ਸਕਦੀ ਹੈ। ਭਾਰਤ ਦੇ ਚੀਫ ਜਸਟਿਸ ਦੇ ਦਫ਼ਤਰ ਨੂੰ RTI ਦੇ ਦਾਇਰੇ 'ਚ ਲਿਆਉਣਾ ਇੱਕ ਇਤਿਹਾਸਕ ਫੈਸਲਾ ਹੋਵੇਗਾ, ਪਰ ਇਹ ਫੈਸਲਾ ਨਿਆਂਪਾਲਿਕਾ ਨੂੰ ਹੋਰ ਸਮਾਵੇਸ਼ੀ ਬਣਾਏਗਾ ਅਤੇ ਲੋਕਾਂ ਦਾ ਨਿਆਂਪਾਲਿਕਾ ਵਿੱਚ ਭਰੋਸਾ ਵਧਾਏਗਾ। ਸੋ ਓਬੀਅਸ ਜੀ ਗੱਲ ਆ, ਇੱਕ ਫੈਸਲਾ ਅਤੇ ਇਸ ਫੈਸਲੇ ਤੋਂ ਬਾਅਦ 'ਚ ਦੂਸਰੇ ਫੈਸਲੇ ਵੱਲ ਜਾਣਾ, ਅਤੇ ਦੂਸਰਾ ਫੈਸਲਾ ਕਿਹੜਾ ਸੀ? ਕੋਲੀਜੀਅਮ। ਮਤਲਬ ਤੁਸੀਂ ਦੱਸਤਾ ਕਿ ਸਾਨੂੰ RTI ਦੇ ਦਾਇਰੇ 'ਚ ਆਉਣ ਤੋਂ ਬਾਅਦ ਹੋਰ ਕਿਹੜੀ ਚੀਜ਼ ਦੀ ਵੇਟ ਆ ਜਿਹੜੀ ਕੰਟਰੋਵਰਸੀ ਜਾਂ ਜਿਹਨੂੰ ਲੈ ਕੇ ਸਰਕਾਰ ਵੀ, ਜਿਹੜੀ ਰਾਸ਼ਟਰੀ ਨਿਆਇਕ ਅਪੁਆਇੰਟਮੈਂਟ ਕਮਿਸ਼ਨ ਜਿਹੜਾ ਹੈ, ਨਿਯੁਕਤੀ ਕਮਿਸ਼ਨ,
ਰਾਸ਼ਟਰੀ ਨਿਆਇਕ ਨਿਯੁਕਤੀ ਕਮਿਸ਼ਨ ਆਯੋਗ ਬਣਾ ਚੁੱਕੀ ਸੀ, ਜਿਹਨੂੰ ਆਪਾਂ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ, ਯਾਦ ਆ ਸਾਰਿਆਂ ਨੇ 99ਵੀਂ ਸੰਵਿਧਾਨਕ ਸੋਧ ਕੰਸਟੀਟਿਊਸ਼ਨਲ ਅਮੈਂਡਮੈਂਟ ਪੜ੍ਹੀ ਸੀ, ਜਿਹਦੇ ਨਾਲ ਸੰਵਿਧਾਨ ਦੇ ਵਿੱਚ ਅਨੁਛੇਦ 124A ਆ ਗਿਆ ਸੀ ਅਤੇ ਇਹਨੇ 124 ਯਾਨੀ ਕਿ ਕੁਲੀਜੀਅਮ ਸਿਸਟਮ ਨੂੰ ਖਤਮ ਕਰਤਾ ਸੀ। ਸੋ ਇਹ ਸਾਰੀ ਕਹਾਣੀ ਆ, ਜਸਟ ਇੱਕ ਗੱਲ ਸਮਝਾਉਣ ਦੀ ਗੱਲ ਹੈ ਕਿ ਕਿਵੇਂ ਅਸੀਂ ਆਪਣੇ ਮੇਨਜ਼ ਨਾਲ ਸੰਬੰਧਿਤ ਆਂਸਰ ਰਾਈਟਿੰਗ ਕਰ ਸਕਦੇ ਹਾਂ ਅਤੇ ਕੋਈ ਤੋਪ ਨਹੀਂ। ਹੁਣ ਮੰਨ ਲਓ ਅਗਲਾ ਟੋਪਿਕ ਆਪਣੇ ਕੋਲ ਇੰਟਰਨੈਸ਼ਨਲ ਰਿਲੇਸ਼ਨਸ ਹੋਵੇ, ਠੀਕ ਆ, ਅੰਤਰਰਾਸ਼ਟਰੀ ਸੰਬੰਧ, ਤਾਂ ਮੈਂ ਅੰਤਰਰਾਸ਼ਟਰੀ ਸੰਬੰਧ ਤੋਂ ਦੱਸਣਾ ਚਾਹੁੰਦਾ ਕਿ ਐਨਾਲਾਈਜ਼ ਦੀ ਰਿਪਰਕਰਸ਼ਨ ਆਫ ਦੀ ਔਨਗੋਇੰਗ ਇਜ਼ਰਾਈਲ ਹਮਸ ਕਨਫਲਿਕਟ ਔਨ ਇੰਡੀਆਜ਼ ਇਕਾਨਮੀ, ਐਨਰਜੀ ਸਿਕਿਉਰਿਟੀ ਐਂਡ ਫੋਰਨ ਪੋਲਿਸੀ। ਪੰਜਾਬੀ 'ਚ ਇਹ ਆਂਸਰ ਇੰਗਲਿਸ਼ 'ਚ ਲਿਖਿਆ ਹੋਇਆ, ਮੈਂ ਪੰਜਾਬੀ 'ਚ ਵੀ ਪੜ੍ਹ ਦਿੰਦਾ ਕਿ ਭਾਰਤ ਦੀ ਆਰਥਿਕਤਾ, ਊਰਜਾ ਸੁਰੱਖਿਆ ਅਤੇ ਵਿਦੇਸ਼ੀ ਨੀਤੀ 'ਤੇ ਚੱਲ ਰਹੇ ਇਜ਼ਰਾਈਲ ਹਮਸ ਸੰਘਰਸ਼ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰੋ। ਇਹ ਅਗਲੇ ਲੈਕਚਰ ਦੇ ਕੁਸ਼ਚਨਸ ਨੇ ਜਿਨ੍ਹਾਂ ਨੂੰ ਤੁਸੀਂ ਲਿਖਣ ਦੀ ਯੂ ਵਿਲ ਟਰਾਈ ਵੈਰੀ ਮੱਚ, ਠੀਕ ਆ। ਨੈਕਸਟ ਅੱਗੇ ਆ ਗਿਆ ਆਪਣੇ ਕੋਲ, ਡੂ ਯੂ ਐਗਰੀ ਵਿਦ ਦਾ ਵਿਊ ਦੈਟ ਇੰਡੀਆ ਸ਼ੁੱਡ ਨੋਟ ਜੁਆਇਨ ਨਾਟੋ ਪਲੱਸ, ਗਿਵ ਰੀਜ਼ਨ ਫੋਰ ਯੂਅਰ ਓਪੀਨੀਅਨ। ਮੀਨਜ਼ ਪੰਜਾਬੀ 'ਚ ਮੈਂ ਇਸ ਸਵਾਲ ਨੂੰ ਲਿਖਾਂ ਕਿ ਕੀ ਤੁਸੀਂ ਮੰਨਦੇ ਹੋ ਕਿ ਸਹਿਮਤ ਹੋ ਕਿ ਭਾਰਤ ਨੂੰ ਨਾਟੋ ਪਲੱਸ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ, ਆਪਣੀ ਰਾਏ ਦੇ ਕਾਰਨ ਦੱਸੋ। ਉਹੀ 250 ਸ਼ਬਦ 10 ਅੰਕ, ਮਤਲਬ ਮੈਂ ਚਾਹੁੰਦਾ ਕਿ ਮੈਂ 250 ਸ਼ਬਦਾਂ 'ਚ ਤੁਹਾਨੂੰ ਇੱਕ ਬੜਾ ਸਧਾਰਨ ਜਿਹਾ ਆਂਸਰ, ਚਾਹੇ ਉਹ ਮੀਡੀਅਮ ਕਿਹੜਾ ਮਰਜ਼ੀ ਹੋਵੇ, ਇੰਗਲਿਸ਼ ਹੋਵੇ, ਪੰਜਾਬੀ ਹੋਵੇ, ਪਰ ਆਂਸਰ ਤੁਹਾਨੂੰ ਬੜਾ ਜੈਨੂਅਨ ਜੀ ਭਾਸ਼ਾ 'ਚ ਮਿਲੇ, ਤਾਂ ਕਿ ਤੁਹਾਨੂੰ ਲੱਗੇ ਕਿ ਪੰਜਾਬੀ ਮੀਡੀਅਮ ਜਿਹੜਾ ਹੈ ਉਹਨੂੰ ਪੜ੍ਹਨਾ ਅਤੇ ਉਹਨੂੰ ਪੜ੍ਹਾਉਣਾ ਕੋਈ ਤੋਪ ਨਹੀਂ ਗੀ, ਜਾਂ ਸਿਰਫ ਗੂਗਲ ਟਰਾਂਸਲੇਟ ਕਰਕੇ ਨਹੀਂ, ਇਹਨੂੰ ਬੜੇ ਵਧੀਆ ਸਹੀ ਅਤੇ ਸਮੂਥ ਤਰੀਕੇ ਨਾਲ ਪੜ੍ਹਾਇਆ ਜਾ ਸਕਦਾ ਹੈ। ਉਮੀਦ ਕਰਦਾ ਕਿ ਤੁਹਾਨੂੰ ਇਹ ਲੈਕਚਰ ਸਮਝ ਆ ਗਿਆ ਹੋਊਗਾ। ਧੰਨਵਾਦ।